ਰੋ ਕਮਾਈਆ 2020 CDL ਡਰਾਈਵਿੰਗ ਸਕੂਲ ਫ੍ਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A B ਤੇ P ਦੀ ਟ੍ਰੇਨਿੰਗ ਕਾਰਸ ਬੱਸਿਸ ਵੋਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣਾ ਸਿਖਾਈ ਜਾਂਦੀ ਨੇ ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਹਿائش ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਦੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰੀ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 1484 ਅਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 601793300 ਉਹ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰੋ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਦਾ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Tremblay Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਜ਼ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਦੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 5196220660 quicktrucklube.com qtl because we care we <laughs> fuck you Seko Immigration Services California Immigration Consultant Registered ate Bonded Immigration Assistance de naal Citizenship Work Permit Process Service OCI Card Family Petition Indian Passport Indian Visa ate Notary Public layi sampark karo Seko Immigration Services Go Sharon Seko 22693 Esperian Boulevard Suite 250 Hayward California Call 510200998 ਸੋ ਪ੍ਰੋਗਰਾਮ ਸਮਾਦਾਨ ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਸਰਦਾ ਬਖਤੌਰ ਸਿੰਘ ਢਿੱਲੋਂ ਹਰ ਨਾਲ ਅੱਗੇ ਗੱਲਬਾਤ ਹੋਰਗੇ ਤਾਂ ਜਿਹੜੇ ਆਨਰ ਆਪਰੇਟਰ ਦੇ ਡਰਾਈਵਰ ਵੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਸੈਟਲ ਦੇ ਵਿੱਚ ਰਹਿ ਕੇ ਲੋਕਲ ਕੰਮ ਕਰਨਾ ਚਾਹੁੰਦੇ ਨੇ ਤਾਂ ਗੁਰਵਿੰਦਰ ਸਿੰਘ ਢਾਲੀਵਾਲ ਹਰ ਨਾਲ 2063544060 ਤੇ ਜਗਦੇਵ ਸੰਧੂ ਹਰ ਨਾਲ 2532666924 ਤੇ ਕਾਲ ਕਰ ਸਕਦੇ ਹੋ ਅਕਾਲ ਟ੍ਰਕ ਟਰੱਕ and ਟ੍ਰੇਲਰ 82 ਰੈਨਮ ਡਰਾਈਵ ਫਾਰਮਰਸ ਰੋਡ ਵੀ ਨਹੀਂ ਪੈਗਮੈਣੀ ਤੋਬਾ ਤੇ ਆ ਜੀ ਇੱਥੇ ਤੁਹਾਨੂੰ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੰਦੇ ਨੇ ਡੀਓਟੀ ਸੇਫਟੀ ਵੀ ਕਰਾਉਂਦੇ ਨੇ ਇਹਨਾਂ ਕੋਲੇ ਖੁੱਲੀ ਪਾਰਕਿੰਗ ਵਾਸ਼ ਤੇ ਕੁਇਕ ਟਰੱਕ ਲੂਬ ਦੀ ਵੀ ਸਹੂਲਤ ਹੈ 2044592 트리플 0 ਤੇ ਕਾਲ ਕਰ ਸਕਦੇ ਹੋ ਟ੍ਰੇਲਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਟ੍ਰੇਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਿਆਸੀ ਹਾਲਾਤਾਂ ਤੇ ਗੱਲ ਕਰੀਏ ਡਿਨਰ ਡਿਪਲੋਮੇਸੀ ਹਮੇਸ਼ਾ ਹੀ ਜਾਂ ਤਾਂ ਕਹਿੰਦੇ ਹੁੰਦੇ ਆਪਦੇ ਪੱਖ ਚ ਕਿਸੇ ਨੂੰ ਕਰਨ ਲਈ ਹੁੰਦਾ ਜਾਂ ਫਿਰ ਰੁਤਬਾ ਦਿਖਾਉਣ ਦੇ ਲਈ ਹੁੰਦਾ ਕਿ ਮੇਰਾ ਰੁਤਬਾ ਇੰਨਾ ਦਾ ਸੋ ਕੈਪਟਨ ਧੜੇ ਵੱਲੋਂ ਵੀ ਕੱਲ ਰਾਤ ਡਿਨਰ ਕੀਤਾ ਗਿਆ ਅ ਬਿਲਕੁਲ ਕੈਪਟਨ ਧੜੇ ਦੇ ਜਿਹੜੇ ਸੇਫਾਸ ਲਾਰ ਹੈ ਹਮ ਹਰਾਨਾ ਗੁਰਬੀਤ ਸਿੰਘ ਸੋਢੀ ਹਮ ਉਹਨਾਂ ਨੇ ਕੱਲ ਆਪਣੇ ਘਰ ਦੇ ਵਿੱਚ ਪਰਸੋਂ ਹੀ ਅਸਲ ਦੇ ਵਿੱਚ ਸੱਦਾ ਪੱਤਰ ਭੇਜਤਾ ਸੀ ਹਮ ਹਮ ਡਿਨਰ ਰਾਤ ਦਾ ਖਾਣਾ ਰੱਖਿਆ ਹੋਇਆ ਸੀ ਜਿਹੜਾ ਸੱਦਾ ਪੱਤਰ ਭੇਜਿਆ ਸੀ ਉਹਦੇ ਉੱਤੇ ਸਪਸ਼ਟ ਲਿਖਿਆ ਹੋਇਆ ਸੀ ਕਿ ਇਸ ਪ੍ਰੋਗਰਾਮ ਦੇ ਵਿੱਚ ਉਚਿਤ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣੀ ਆਉਣਗੇ ਜੀ ਔਰ ਜੋ ਦਾਵਾ ਕੀਤਾ ਗਿਆ ਅਜੋਕਾ ਮੰ ਲੋ ਹਮ ਹ ਉਹਦੇ ਚ ਉਹਨਾਂ ਨੇ ਕਿਹਾ ਕਿ 58 ਐਮ ਐਲ ਏ ਪਹੁੰਚੇ ਜੀ 8 ਪਾਰਲੀਮੈਂਟ ਦੇ ਮੈਂਬਰ ਪਹੁੰਚੇ ਹਮ ਹ ਔਰ 30 ਹਲਕਾ ਇੰਚਾਰਜ ਭਾਗ ਉਹ ਬੰਦੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ 2017 ਵੇਲੇ ਟਿਕਟਾਂ ਮਿਲ ਗਈਆਂ ਸੀ ਲੇਕਿਨ ਉਹ ਹਾਰ ਗਈ ਸੀ ਉਹ ਪਹੁੰਚੇ ਇਸ ਲਈ ਹਾਜ ਨਾਲ ਜੇ ਆਪਾਂ ਦੇਖੀਏ ਤਾਂ ਕੈਪਟਨ ਤੜਾਕ ਕਾਫੀ ਮਜ਼ਬੂਤ ਜਾਪਦਾ ਹੈ ਹੂੰ ਹੂੰ ਕਿਉਂਕਿ ਪਹਿਲੇ ਦਿਨ ਜਿਹੜੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਹੋਈ ਸੀ ਜੀ ਉਸ ਮੀਟਿੰਗ ਦੇ ਵਿੱਚ ਇਹ ਗੱਲ ਕਿਹਾ ਗਿਆ ਸੀ ਕਹੀ ਸੀ ਕਿ ਜੀ 30 ਤੋਂ ਉੱਪਰ ਜਿਹੜੇ ਹੈਗੇ ਐ ਐਮ ਐਲ ਏ ਤੇ ਵਜ਼ੀਰ ਇਕੱਠੇ ਹੋਏ ਜੀ ਆਪਣੀ ਇਨਫਾਰਮੇਸ਼ਨ ਇਹ ਹੈ ਕਿ ਉੱਥੇ 28 ਠਾਈ ਹੋਏ ਸੀ ਹੂੰ ਹੂੰ ਠਾਈਆਂ ਦੇ ਵਿੱਚੋਂ 4 ਵਜ਼ੀਰ ਸੀ ਤੇ 24 ਰਹਿ ਗਏ ਐਮ ਐਲ ਏ ਐਮ ਐਲ ਏ 24 ਦੇ ਵਿੱਚੋਂ 6 ਬੰਦਿਆਂ ਨੇ ਫਿਰ ਆਪਣੇ ਆਪ ਨੂੰ ਡਿਸਐਸੋਸੀਏਟ ਕਰ ਲਿਆ ਸੀ ਹਮਮ ਔਰ ਉਸ ਹਿਸਾਬ ਨਾਲ ਰਹਿ ਗਏ 18 ਹੁਣ ਵੱਖਰੀ ਗੱਲ ਇਹ ਹੈ ਦੇਚ ਦੇਖਣ ਵਾਲੀ ਕਿ ਜਿਹੜੇ ਬੰਦੇ ਜੀ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਦੇ ਵਿੱਚ ਗਏ ਸੀ ਹਮਮ ਜਿੱਥੇ ਮੀਟਿੰਗ ਕਰਨ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਜੀ ਇਹ ਗੱਲ ਕਹੀ ਸੀ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਨੇ ਚੰਨੀ ਨੇ ਔਰ ਸੁਖਜਿੰਦਰ ਸਿੰਘ ਦਾ ਦਾਅਵਾ ਨੇ ਜੀ ਸੁਖ ਸਰਕਾਰੀ ਨੇ ਕਿ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ ਹੂੰ ਹੂੰ ਇਸ ਮੁੱਖ ਮੰਤਰੀ ਨੂੰ ਬਦਲ ਦਿਓ ਔਰ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜੇ ਮੁੱਖ ਮੰਤਰੀ ਬਦਲਿਆ ਜਾਵੇ ਜੀ ਤੇ ਇੱਕ ਮਹੀਨੇ ਦੇ ਵਿੱਚ ਜਿਹੜੀ ਹੈ ਕਾਂਗਰਸ ਜਿਹੜੀ ਆਪਣਾ ਰੰਗ ਦਿਖਾ ਦੂਗੀ ਸੁਖੀ ਰੰਧਾਵੇ ਨੇ ਕਿਹਾ ਸੀ ਸੁਖਜਿੰਦਰ ਸਿੰਘ ਰੰਧਾਵੇ ਜੀ ਉਹਦੇ ਵਿੱਚੋਂ ਜਿਹੜੇ ਬੰਦੇ ਉੱਥੇ ਗਏ ਸੀ ਉਹੀਦਰ ਵੀ ਸੀਗੇ ਹੂੰ ਹੂੰ ਔਰ ਇੱਕ ਗੱਲ ਵੱਖਰੀ ਜਿਹੜੀ ਹੈ ਕਿ ਬੜੀ ਬੜੀ ਮਤਲਬ ਜਿਹੜੀ ਹੈ ਨਾ ਚਟਕਾਰਿਆਂ ਨਾਲ ਗੱਲਾਂ ਅਖਬਾਰਾਂ ਵਾਲੇ ਆਪਣੇ ਭਾਈ ਭਾਈਚਾਰੇ ਨੂੰ ਗੱਲ ਕਰ ਦਿੰਦੀ ਹੈ ਕਿ ਜਿਹੜੀ ਇਹ ਮੀਟਿੰਗ ਹੋਈ ਸੀ ਇਹ ਮੁੱਖ ਮੰਤਰੀ ਦੀ ਸਰਕਾਰੀ ਰਹਿائش ਦੇ ਪਿਛਲੇ ਪਾਸੇ ਹੋਈ ਸੀ ਅੱਛਾ ਜੀ ਪਿਛਲਾ ਪਾਸਾ ਕਿਹਦਾ ਆ ਗਿਆ ਪਿਛਲਾ ਪਾਸਾ ਆਤਰਪਤ ਜਿੰਦਰ ਸਿੰਘ ਬਾਜਵੇ ਦਾ ਘਰ ਆ ਗਿਆ ਜਿੱਧਰ ਸੀਐਮ ਹਾਊਸ ਦਾ ਪਿਛਲਾ ਗੇਟ ਖੁੱਲਦਾ ਹੈ ਹਮਮ ਲੇਕਿਨ ਜਿਹੜਾ ਰਾਤ ਡਿਨਰ ਹੋਇਆ ਉਹ ਵੀ ਇੱਕ ਇਤਫਾਕ ਹੈ ਉਹ ਉਸੇ ਕੋਠੀ ਦੇ ਵਿੱਚ ਹੋਇਆ ਸੀ ਜਿਸ ਕੋਠੀ ਦੇ ਵਿੱਚ ਵਜ਼ੀਰ ਹੁੰਦਿਆ ਹੋਇਆ ਹਮਮ ਨਵਜੋਤ ਸਿੰਘ ਸਿੱਧੂ ਰਹਿੰਦੇ ਹੁੰਦੇ ਸੀ ਅੱਛਾ ਔਰ ਉਹ ਵੀ ਮੁੱਖ ਮੰਤਰੀ ਦੇ ਨਾਲ ਹੀ ਨਾਲ ਹੀ ਅੱਛਾ ਮੁੱਖ ਮੰਤਰੀ ਦੇ ਨਾਲ ਤੁਸੀਂ ਦੇਖਿਆ ਮੂਰਲੇ ਪਾਸੇ ਜਿੱਥੇ ਮਨਪ੍ਰੀਤ ਸਿੰਘ ਬਾਦਲ ਤੇ ਇਹ ਹੈ ਉਹਨਾਂ ਕੋਠਿਆਂ ਦੇ ਵਿੱਚ ਯੂ ਕੋਠੀ ਹੁੰਦੀ ਇਸ ਵਾਸਤੇ ਕਿ ਬੜਾ ਇਸਫਾਕ ਹੈ ਔਰ ਉਹਦੇ ਵਿੱਚ ਜਿਹੜੇ ਲੋਕ ਆਏ ਆ ਉਹ ਲੋਕਾਂ ਨੇ ਆ ਕੇ ਇਹ ਗੱਲ ਕਹੇ ਜੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ ਜੀ ਦਾਨੇ ਵਾਲੀ ਸਾਬ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਤੇ ਅੱਜ ਵੀ ਇਹੀ ਗੱਲ ਦੁਬਾਰਾ ਕਹਿਣਾ ਕਿ ਪੰਜਾਬ ਦੀ ਕਾਂਗਰਸ ਦੇ ਕੋਲੇ ਐਮ ਐਲ ਏ ਜ਼ਰੂਰ ਹੈ ਜੀ ਦੇਖਣ ਨੂੰ ਇਹ ਲੱਗਦਾ ਕਿ ਵਜ਼ੀਰ ਵੀ ਜ਼ਰੂਰ ਹੈ ਹੂੰ ਹੂੰ ਪਰ ਇਹ ਕਹਦੇ ਕਿ ਇਹ ਇਹਦੇ ਰੀੜ ਦੀ ਹੱਡੀ ਹੈਗੀ ਹੈ। ਹੂੰ ਹੂੰ। ਜ਼ਿਆਦਾਤਰ ਮੈਨੂੰ ਰੀੜ ਦੀ ਹੱਡੀ ਰਹਿਤ ਲੱਗਦੀ ਹੈ। ਜੀ। ਕਿਉਂਕਿ ਇਹ ਹਵਾ ਦਾ ਰੁਖ ਦੇਖਦੀ ਹੈ। ਹੂੰ ਹੂੰ। ਉਹ ਕੀ ਆਦੇ ਹੁੰਦੇ ਆ ਇੱਕ ਜਿਹੜੇ ਘੁੰਮਦੇ ਹੁੰਦੇ ਪਾਉਣ ਕੁਕੜ। ਪਾਉਣ ਕੁਕੜ ਪਾ ਹੈਲੀਕਾਪਟਰ ਜੇ ਕਹਿ ਦਿੰਦੇ। ਜ਼ਿਆਦਾਤਰ ਉਹਨਾਂ ਨੂੰ ਅਸੀਂ ਪਾਉਣ ਕੁਕੜ ਕਹਾਂਗੇ ਕਿਉਂ ਹਵਾ ਦੇਖਦੀ ਹੈ। ਹੂੰ ਹੂੰ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਡਟਮਾ ਵਿਰੋਧ ਕੀਤਾ। ਹੂੰ ਹੂੰ। ਕਿ ਜੀ ਕਿਸੇ ਵੀ ਕੀਮਤ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਾ ਬਣਾਓ ਇਹ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਦੂਗਾ। ਜੀ। ਲਾਸਟ ਟੂ ਨੇ ਸੋਨੀਆ ਗਾਂਦੂ ਨੂੰ ਕਿਹਾ ਕਿ ਜੇ ਮੈਡਮ ਤੁਹਾਡਾ ਫੈਸਲਾ ਮੈਂ ਪ੍ਰਵਾਨ ਕਰੂੰਗਾ ਹਮ ਹਮ ਪਰ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿਓਗੇ ਪ੍ਰਦੇਸ਼ ਕਾਂਗਰਸ ਕਮੇਟੀ ਦਾ ਤੇ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਜਣਾ ਹੈ ਕਾਂਗਰਸ ਪਾਰਟੀ ਟੁੱਟ ਸਕਦੀ ਹੈ ਜੀ ਬਾਅਦ ਦੇ ਵਿੱਚ ਕਿਉਂਕਿ ਮੈਡਮ ਦੇ ਉੱਤੇ ਬੱਚਿਆਂ ਦਾ ਦਬਾਅ ਸੀ ਹਮ ਹਮ ਬੱਚਿਆਂ ਨੇ ਕਹਿਤਾ ਜੀ ਬਣਾਉਣਾ ਹੀ ਇਹਨੂੰ ਸੈਲੀਬ੍ਰਿਟੀ ਹੈ ਜੀ ਅਸੀਂ ਇਲੈਕਸ਼ਨ ਜਿੱਤ ਸਕਦੇ ਹਾਂ ਇਹਦੇ ਨਾਂ ਦੇ ਉੱਤੇ ਬਣਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਕੰਡੀਸ਼ਨ ਲਾਤੀ ਸੀ ਕਿ ਜਿੰਨੀ ਦੇਰ ਮਾਫੀ ਨਹੀਂ ਮੰਗਦਾ ਹਮ ਨਵਜੋਤ ਸਿੰਘ ਸਿੱਧੂ ਮੈਂ ਉਹਨਾਂ ਦੇ ਜਾਂਦਾ ਨਹੀਂ ਉਹਦੇ ਪ੍ਰ ਹਰੀਸ਼ ਰਾਬਤਾ ਆਇਆ ਉਹਨੇ ਕਿਹਾ ਜੀ ਜਾਣਾ ਪੂ ਕਹਿੰਦਾ ਚਲੋ ਚੱਲ ਵੜਦੇ ਹੂੰ ਹੂੰ ਉੱਥੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣ ਦਾ ਮੌਕਾ ਮਿਲਿਆ ਜਦੋਂ ਬੋਲਿਆ ਉਹਨੇ ਬਿਲਕੁਲ ਐਲਡਰਲੀ ਜੀ ਬਤੌਰ ਫਾਦਰ ਫਿਗਰ ਦਾ ਪ੍ਰਕਟਾਵਾ ਕਰ دیا۔ ਉਹਨੇ ਕਈ ਵਾਰੀ ਨਾਂ ਲੈ ਲੈ ਕੇ ਨਵਜੋਤ ਇਹਨਾਂ ਗੱਲਾਂ ਦਾ ਧਿਆਨ ਰੱਖੋ ਨਵਜੋਤ ਆਪਾਂ ਐ ਚੱਲਣ ਨਵਜੋਤ ਆਪਾਂ ਐ ਚੱਲੇ ਹੂੰ ਹੂੰ ਪਰ ਨਵਜੋਤ ਸਿੰਘ ਸਿੱਧੂ ਨੇ ਜਦੋਂ ਟੇਕਓਵਰ ਕੀਤਾ ਤੇ ਟੇਕਓਵਰ ਕਰਨ ਵੇਲੇ ਜਿਹੜੀ ਤੇਵਰ ਸੀ ਜੀ ਉਹ ਤੇਵਰ ਦਰੋਸਤ ਨਹੀਂ ਸੀ ਹੂੰ ਹੂੰ ਉਹਨਾਂ ਤੋਂ ਪਤਾ ਲੱਗਿਆ ਸੀ ਕਿ ਗੱਲ ਗੜਬੜ ਹੋਗੀ ਲੇਕਿਨ ਕਈ ਵਾਰੀ ਸਥਿਤੀ ਹੁੰਦੀ ਹੈ ਕਿ ਜਿਹੜੀ ਬੰਦੇ ਦੀ ਚੁੱਪ ਹੁੰਦੀ ਹੈ ਨਾ ਜਿਹੜੀ ਸਟਰੈਟਜੀ ਹੁੰਦੀ ਹੈ ਹਮ ਹੁਣ ਸਟਰੈਟਜੀ ਚ ਮਾਰ ਖਾ ਕੇ ਦਾਨੇ ਵਾਲੀ ਆ ਸਾਬ ਜੀ ਇਹ ਜਿਹੜਾ ਅਸਲ ਦੇ ਵਿੱਚ ਪ੍ਰੋਗਰਾਮ ਬਣਿਆ ਸੀ ਕੋਈ ਅਚਨਚੇਤ ਬਣਿਆ ਹੋਇਆ ਪ੍ਰੋਗਰਾਮ ਨਹੀਂ ਮੈਂ ਇਹਨੂੰ ਕਹਿ ਸਕਦਾ ਹਮ ਹ ਇਹ ਪ੍ਰੋਗਰਾਮ ਅਸਲ ਦੇ ਵਿੱਚ ਬਣਿਆ ਹੋਇਆ ਸੀ ਪਹਿਲਾਂ ਇੱਕ ਇਹਦਾ ਜਿਹੜਾ ਹੈਗਾ ਕੀ ਕਹਾਂ ਬਲੂਪ੍ਰਿੰਟ ਤਿਆਰ ਕੀਤਾ ਹੋਇਆ ਸੀ ਜੀ ਕਿ ਪ੍ਰਧਾਨਗੀ ਮਿਲੂਗੀ ਪ੍ਰਧਾਨਗੀ ਤੋਂ ਬਾਅਦ ਫਿਰ ਆਪਾਂ ਇਟਖੜਕ ਕਰਾਂਗੇ ਹੂੰ ਹੂੰ ਇਟਖੜਕਾ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਸੀ ਕੈਪਟਨ ਅਮਰਿੰਦਰ ਸਿੰਘ ਪ੍ਰਵੋਕ ਹੋਊਗਾ ਜੀ ਜਦੋਂ ਪ੍ਰਵੋਕ ਹੋ ਗਿਆ ਤੇ ਉਹਦੇ ਖਿਲਾਫ ਆਪਾਂ ਇਨੀਕ ਤਾਰੀਖ ਨੂੰ ਰਿਵੋਲਟ ਕਰਾਂਗੇ ਰਿਵੋਲਟ ਕਰਦੋਂ ਕਹਿੰਦੇ ਆਂ ਕਿ ਜਿਹਨੂੰ ਹਟਾਉ ਉਤੇ ਇਹ ਨਹੀਂ ਚਾਹੀਦਾ ਲੇਕਿਨ ਅਮਰਿੰਦਰ ਵੀ ਜਿਹੜਾ ਹੈਗਾ ਕੁਝ ਮਾੜੀ ਮੁੱਟੀ ਚੀਜ਼ ਨਹੀਂ ਮੈਂ ਉਹ ਗੱਲ ਕਰ ਰਿਹਾ ਸੀ ਮਨਿੰਦਰ ਸਿੰਘ ਮਨਦੀਪ ਸਿੰਘ ਮੰਨਾ ਇੱਕ ਅਮਰਸਰ ਵਾਲਾ ਅਮਰਸਰ ਵਾਲਾ ਬੜੀਆਂ ਵਦਿਆ ਉਹ ਨਹੀਂ ਮੈਂ ਇੱਕ ਇੰਟਰਵਿਊ ਸੁਣੀ ਤੇ ਉਸ ਇੰਟਰਵਿਊ ਦੇ ਵਿੱਚ ਉਹਨੇ ਬੜੇ ਕੰਮ ਦੀ ਗੱਲ ਕਹੀ ਸੀ ਉਹ ਕਹਿੰਦਾ ਪੰਜਾਬ ਦੇ ਵਿੱਚ ਦੋ ਯੂਨੀਵਰਸਿਟੀ ਹੈ ਹਮ ਜਿਹੜੀਆਂ ਯੂਨੀਵਰਸਿਟੀਾਂ ਦੇ ਸੰਚਾਲਕ ਹਨ ਜਿਹੜੇ ਜਿਹੜੀਆਂ ਆਪਣੇ ਆਪ ਚ ਯੂਨੀਵਰਸਿਟੀ ਹੈ ਉਹ ਯੂਨੀਵਰਸਿਟੀਆਂ ਤੈਅ ਕਰਦੀਆਂ ਹੁੰਦੀਆਂ ਕਿ ਪੰਜਾਬ ਦੀ ਰਾਜਨੀਤੀ ਨੇ ਕਿਸ ਪੱਖ ਨੂੰ ਕਿੱਧਰ ਨੂੰ ਕਿੱਥੇ ਮੋੜਨਾ ਕਦੋਂ ਉੱਤਾਂ ਨੂੰ ਹੋਣਾ ਤੇ ਕਦੋਂ ਅਠਾਣੂ ਹੋਣਾ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਜਿਹੜੀ ਹੈਗੀ ਇਹ ਪੋਲਿਟਿਕਸ ਨੂੰ ਪੰਜਾਬ ਦੀ ਨੂੰ ਮੋੜਦੇ ਤੇ ਉਹ ਯੂਨੀਵਰਸਿਟੀ ਹੈ ਕੌਣ ਕੌਣ ਇੱਕ ਤਾਂ ਕਹਿੰਦਾ ਯੂਨੀਵਰਸਿਟੀ ਹੈ ਪ੍ਰਕਾਸ਼ ਸਿੰਘ ਬਾਦਲ ਹਮ ਤੇ ਦੂਜੀ ਹੈ ਕੈਪਟਨ ਅਮਰਿੰਦਰ ਸਿੰਘ ਇਹ ਪੰਜਾਬ ਦੀ ਸਿਆਸਤ ਨੇ ਕੀ ਰੁਖ ਅਖਤਿਆਰ ਕਰਨਾ ਇਹ ਦੋਨੇ ਕਲਾਕ ਇੰਨਾ ਨਹੀਂ ਸੇ ਕਰਨੀ ਹੁਣ ਜੇ ਆਪਾਂ ਮੰਨ ਲਈਏ ਤ੍ਰਿਪਤੁਰ ਜਿੰਦਰ ਸਿੰਘ ਬਾਜਵਾ ਦੀ ਮੰਨ ਲਈਏ ਕਿ ਇਹ ਤਾਂ ਰਲ ਗਿਆ ਜੀ ਬਾਦਲਾਂ ਨਾਲ ਜੀ ਤੇ ਜੀ ਬਾਤ ਰਿਹਾ ਤੁਹਾਡੇ ਪਹਿਲੇ ਤੇ ਕੱਕ ਨੀ ਯੂਨੀਵਰਸਿਟੀ ਕਹਿੰਦੇ ਦੋਨੇ ਹੀ ਉਹਨਾਂ ਕੋਲੇ ਹਮ ਇੱਕ ਕੈਪਟਨ ਕੋਲੇ ਆ ਗਈ ਤੇ ਕੋਦੇ ਕੋਲੇ ਤੇ ਉਹਨਾਂ ਯੂਨੀਵਰਸਿਟੀ ਕਹਿੰਦੇ ਮੁਤਾਬਕ ਤੇ ਆਪਾਂ ਮੰਨ ਲਓ ਉਹਨਾਂ ਨੇ ਰਲਣ ਵਾਲੀ ਖੇਡ ਖੇੜੀ ਹਮ ਹਮ ਅਮਰਿੰਦਰ ਸਿੰਘ ਦੇ ਵਿੱਚ ਬਿਲਕੁਲ ਮਾਮ ਰਿਹਾ ਚੁੱਪ ਰਿਹਾ ਕੁਝ ਨਹੀਂ ਕੀਤਾ ਹਮ ਹਮ ਲੇਕਿਨ ਪ੍ਰਸ਼ਾਸਨਿਕ ਪਾਵਰਤਾ ਉਹਦੇ ਕੋਲੇ ਹੈ ਜੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਜ਼ੀਡੈਂਟ ਬਣਾਇਆ ਉਸ ਵੇਲੇ ਤੁਹਾਨੂੰ ਪਤਾ ਜਨਤਕ ਤੌਰ ਦੇ ਉਤੇ ਕਹਿ ਦਿੱਤਾ ਸੀਗਾ ਹਰੀਸ਼ ਸ਼ਰਾਵਤ ਨੇ ਹੂੰ ਹੂੰ ਕਿ ਸਰਕਾਰ ਚਲਉਣੀ ਕੈਪਟਨ ਅਮਰਿੰਦਰ ਸਿੰਘ ਦਾ ਕੰਮ ਹੈ ਉਹਦੀ ਮਰਜ਼ੀ ਹੈ ਉਹ ਫ੍ਰੀ ਹੈਂਡ ਹੈ ਉਸ ਮਾਮਲੇ ਜੀ ਹਾਲੇ ਤੱਕ ਵਜੀਰਾ ਦੀ ਅਦਲਾ ਬਦਲੀ ਕਰਨੀ ਟਰਾਂਸਫਰਾਂ ਹੀ ਕੀਤਾ ਸੀ ਕੁਝ ਹੂੰ ਹੂੰ ਤੇ ਉਹਨਾਂ ਟਰਾਂਸਫਰਾਂ ਦੇ ਉੱਤੇ ਐਮ ਐਲ ਏ ਐਨੇ ਜ਼ਿਆਦਾ ਉਤੇਜਿਤ ਹੋ ਗਏ ਕਿ ਉਹਨਾਂ ਨੇ ਕਹਿਤਾ ਚਲੋ ਬਗਾਵਤ ਹੂੰ ਹੂੰ ਅਰੇ ਜੇ ਬਗਾਵਤ ਕਹਿ ਦੀ ਇਕੱਲੀ ਐਮ ਐਲ ਏਜ਼ ਦੀ ਨਹੀਂ ਜੀ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਇਨਵੋਲਵਮੈਂਟ ਵੀ ਹੈਗੀ ਹੈ ਜੇ ਇਨਵੋਲਵਮੈਂਟ ਨਾ ਹੁੰਦੀ ਤਾਂ ਇੱਕ ਕਦੇ ਵੀ ਨਹੀਂ ਸੀ ਹੋਣਾ ਕਿ ਮਿਸਟਰ ਪ੍ਰਗਟ ਸਿੰਘ ਜਿਹੜੇ ਜਨਰਲ ਸੈਕਟਰੀ ਹੈ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੇ ਘਰ ਹੁੰਦੇ ਹੂੰ ਜਦੋਂ ਪ੍ਰੈਸ ਕਾਨਫਰੰਸ ਕੀਤੀ ਇਹ ਭਾਵੇਂ ਪ੍ਰਗਟ ਸਿੰਘ ਨਹੀਂ ਬੋਲੇ ਪਰ ਉਹ ਨਾਲ ਖੜੇ ਸੀ ਹੂੰ ਹੂੰ ਉਸ ਤੋਂ ਬਾਅਦ ਤੁਸੀਂ ਦੇਖੋ ਜਦੋਂ ਉਹਨਾਂ ਨੇ ਕਹਿ ਕੇ ਪੰਜ ਬੰਦੇ ਅਸੀਂ ਹਾਈ ਕਮਾਂਡ ਕੋਲ ਜਾਵਾਂਗੇ ਜੀ ਚਾਰ ਵਜ਼ੀਰ ਤੇ ਪੰਜਵੇਂ ਜਨਰਲ ਸੈਕਟਰੀ ਪ੍ਰਗਟ ਸਿੰਘ ਪ੍ਰਗਟ ਸਿੰਘ ਨੇ ਇਹ ਨਹੀਂ ਕਿਹਾ ਹੂੰ ਹੂੰ ਕਿ ਨਹੀਂ ਜਾਣਾ ਪਰ ਉਸ ਤੋਂ ਬਾਅਦ ਜਦੋਂ ਇਹ ਪਤਾ ਲੱਗਾ ਕਿ ਦਿੱਲੀ ਦਾ ਰੁਖ ਬਦਲ ਗਿਆ ਹੂੰ ਹੂੰ ਦਿੱਲੀ ਇਹ ਇਜਾਜ਼ਤ ਨਹੀਂ ਦੇਊਗੀ ਕਿ ਇੰਨੀ ਅਨਾਰਕੀ ਪੈਜੇ ਕਿਉਂਕਿ ਅਮਰਿੰਦਰ ਦੀ ਜਿਹੜੀ ਮੈਂ ਕਹਿਨ ਦੀ ਸ਼ਕਤੀ ਕੀ ਸੀ ਜੀ ਅਮਰਿੰਦਰ ਸਿੰਘ ਨੇ ਇੱਕ ਚੁੱਪ ਤੇ ਸੌਖ ਸੁਖ ਦਾ ਰਾਹ ਅਖਤਿਆਰ ਕਰ ਲਿਆ ਉਹਨੇ ਬੋਲਣਾ ਬੰਦ ਕਰਤਾ ਉਹਨੇ ਕੋਈ ਰੀਐਕਟ ਹੀ ਨਹੀਂ ਕੀਤਾ ਉਹ ਰੀਐਕਟ ਨਹੀਂ ਕਰ ਰਿਹਾ ਜਿਹੜਾ ਮੁੱਖ ਮੰਤਰੀ ਹੈ ਜਿਨ੍ਹਾਂ ਨੂੰ ਪਾਵਰਾਂ ਦਿੱਤੀਆਂ ਜਿਨ੍ਹਾਂ ਨੂੰ ਇਹ ਕਿਹਾ ਕਿ ਤੁਸੀਂ ਚਲਾਉਣੀ ਹੈ ਪਾਰਟੀ ਜੀ 2022 ਚ ਆਪਾਂ ਚੋਣ ਜਿੱਤੀਆਂ ਚੋਣ ਜਿੱਤਨੀ ਤੁਹਾਡੀ ਜ਼ਿੰਮੇਵਾਰੀ ਤੇ ਤੁਸੀਂ ਠੀਕ ਤਰੀਕੇ ਨਾਲ ਚਲੋ ਉਹ ਜਦੋਂ ਇਸ ਤਰ੍ਹਾਂ ਦਾ ਆਪਰੇਸ਼ਨ ਕਰਨ ਲੱਗੇ ਤੇ ਆਫਟਰ ਆਲ ਫਿਰ ਦਿੱਲੀ ਵੀ ਹੈ ਦੂਜੀ ਗੱਲ ਜਿਹੜੀ ਕੱਲ ਵੀ ਆਪਾਂ ਗੱਲ ਡਿਟੇਲ ਚ ਕੀਤੀ ਸੀ ਕਿ ਜਿਹੜੇ ਸਲਾਹਕਾਰ ਸੀ ਸਲਾਹਕਾਰ ਆਜ਼ਾਦ ਹੈ ਹੂੰ ਹੂੰ ਸਲਾਹਕਾਰਾਂ ਦੇ ਉੱਤੇ ਤੁਸੀਂ ਕੋਈ ਬੰਦਸ਼ ਨਹੀਂ ਲਾ ਸਕਦੇ ਉਹਨਾਂ ਦਾ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਤੱਲ ਕੀ ਕੋਈ ਨਹੀਂ ਉਹ ਸ਼ਰੀਆਮ ਆਪ ਕਹਿੰਦੇ ਹੂੰ ਹੂੰ ਉਹਨਾਂ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਕਰਨਾ ਸੀ ਲੇਕਿਨ ਉਹ ਚੀਜ਼ਾਂ ਕਾਂਗਰਸਾਈ ਕਮਾਂਡ ਦੇ ਜਾਂ ਕਾਂਗਰਸੀ ਲੀਡਰਾਂ ਦੇ ਹਜ਼ਮ ਨਹੀਂ ਹੁੰਦੀ ਨਹੀਂ ਹੁੰਦੀ ਤੇ ਉਹਨਾਂ ਦੇ ਹਜ਼ਮ ਨਾ ਹੋਣ ਦਾ ਨਤੀਜਾ ਹੋਇਆ ਕਿ ਦਿੱਲੀ ਦੇ ਵਿੱਚ ਪ੍ਰਤੀਕਰਮ ਹੋਣ ਲੱਗੇ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੇਖ ਕੇ ਜਦੋਂ ਜਦੋਂ ਤੁਸੀਂ ਦੇਖੋ ਸ਼ੁਰੂ ਚ ਜੀ ਕਿ ਨਗਜੋਤ ਸਿੰਘ ਸਿੱਧੂ ਟਾਈਮ ਲੈ ਜੀ ਹੂੰ ਹੂੰ ਨਗਜੋਤ ਸਿੰਘ ਸਿੱਧੂ ਨੇ ਤਸਵੀਰਾਂ ਵੀ ਖਿਚਾਈਆਂਗੇ ਮੀਟਿੰਗ ਤੋਂ ਬਾਅਦ ਉਹ ਸਾਰੇ ਬੰਦੇ ਜਿਹੜੇ ਹੈਗੇ ਸਿੱਧੇ ਕਾਂਗਰਸ ਪਹੁੰਚ ਜਾਂਦੇ ਨਵਜੋਤ ਸਿੰਘ ਸਿੱਧੂ ਗੁਰੀ ਕਹਿੰਦੇ ਆ ਕਿ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਦਾ ਸਨੇਹਾ ਆਇਆ ਸੀ ਕਿ ਜੀ ਗੱਲ ਕਰਨੀ ਹੈ ਤੇ ਤੁਸੀਂ ਪਹੁੰਚੋ ਉੱਥੇ ਜਾ ਕੇ ਉਹ ਮੀਟਿੰਗ ਕਰਨਾ ਕੀ ਉਹਨਾਂ ਨੇ ਮੀਟਿੰਗ ਕੀਤੀ ਤਸਵੀਰ ਵੀ ਖਿਚਾਈ ਹਾਂ ਔਰ ਤਸਵੀਰ ਖਿਚਾਉਣ ਤੋਂ ਬਾਅਦ ਜਿਹੜਾ ਟਾਈਮ ਲਿਆ ਤੇ ਉਸ ਵੇਲੇ ਹਰੀਸ਼ ਰਾਪਤੁਰਾ ਨੇ ਕਿਹਾ ਸੀ ਆ ਜੋ ਜੀ ਹਾਂ ਔਰ ਉਹ ਕਹਿੰਦੇ ਜੀ ਠੀਕ ਅਸੀਂ ਜਾਣੇ ਤੇ ਫਿਰ ਤੁਸੀਂ ਦੇਖੋ ਜੋ ਰਾਤ ਨੂੰ ਮੋੜਾ ਕੱਟਣ ਵਾਲੀ ਗੱਲ ਕਰਦੇ ਆ ਕੱਲ ਆਪਾਂ ਗੱਲ ਕੀਤੀ ਸੀ ਕਿ ਮੌਸਮ ਬਗਿਆਨੀ ਜਿਹੜੇ ਹੈਗੇ ਆ ਉਹ ਰਾਜਾ ਬੜਿੰਗ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਦਿੱਲੀ ਨੇ ਮੋੜਾ ਕੱਟ ਲਿਆ ਉਹਨਾਂ ਨੇ ਪਹਿਲਾਂ ਕਿਹਾ ਜੀ ਅਸੀਂ ਮੁੱਖ ਮੰਤਰੀ ਨੂੰ ਬਦਲਦੇ ਹੱਕ ਵਿੱਚ ਨਹੀਂ ਤੇ ਜਦੋਂ ਤੱਕ ਸਾਡੀ ਮੰਤਰੀਆਂ ਦੀ ਟੀਮ ਦੇਹਰਾदून ਪਹੁੰਚਦੀ ਹੈ ਇਹਨਾਂ ਨੇ ਗੱਲ ਕਰਨ ਤੋਂ ਪਹਿਲਾਂ ਹੀ ਮੀਡੀਆ ਨੂੰ ਕਹਿੰਦੇ ਹਰੀ ਸ਼ਰਾਬਤ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੂਗਾ ਨਹੀਂ ਬਦਲਾਂਗੇ 2022 ਚ ਵੀ ਸਾਡਾ ਚਿਹਰਾ ਹੋਰ ਹੋਊਗਾ ਉਹਨ ਕਈ ਵਾਰੀ ਮੇਰੇ ਵਰਗੇ ਬੜੇ ਤਿੰਗੀ ਜਾਂਦੇ ਆ ਅਰੇ ਰੇਡੀਓ ਟੀਵੀ ਚੈਨਲਾਂ ਤੇ ਬੈਠ ਕੇ ਜੀ ਹਰੀਸ਼ ਰਾਭਤ ਨੂੰ ਜਿਹੜਾ ਪਾਵਰਾਂ ਦਿੱਤੀ ਹੈ ਪਾਵਰਾਂ ਦਾ ਜੀ ਹਾਈ ਕਮਾਂਡ ਕੋਲੇ ਹਾਈ ਕਮਾਂਡ ਨੇ ਤਣਨ ਕਿਹਾ ਅਜੇ ਤੱਕ ਪਤਾ ਨਹੀਂ ਜੀ ਇਹ ਦਿਖਾਉਂਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਪਤਾ ਕੀ ਹੋ ਜੂਗਾ ਲੇਕਿਨ ਅੱਜ ਜਿਸ ਢੰਗ ਦੇ ਨਾਲ ਜੀ ਕੱਲ ਹਰੀਸ਼ ਰਾਭਤ ਨੇ ਕਹਿਤਾ ਸੀ ਕਿ ਆਪਣੇ ਐਡਵਾਈਜ਼ਰਸ ਨੂੰ ਹਟਾਓ ਜੇ ਨਹੀਂ ਹਟਾਉਂਗੇ ਤਾਂ ਅਸੀਂ ਹੁਕਮ ਦੇਵਾਂਗੇ ਜੀ ਫਿਰ ਸਾਨੂੰ ਕੁਝ ਕਰਨਾ ਪਊ ਤੇ ਅਜ ਮਾਲਵਿੰਦਰ ਸਿੰਘ ਮਾਲੀ ਨੇ ਅਸਤੀਫਾ ਦਿੱਤਾ ਹੂੰ ਹੂੰ ਅਸਤੀਫਾਨੀ ਦਿੱਤਾ ਬੈਸੀ ਮਾਲਵੀਦਰ ਸਮਾਰਨੀ ਕਹਿੰਦਾ ਮੈਂ ਅਸਤੀਫਾਨੀ ਨਹੀਂ ਦਿੱਤਾ ਮੈਂ ਹਟ ਗਿਆ ਪਾਸੇ ਆੜ ਕੇ ਉਹ ਕਹਿੰਦਾ ਵੀ ਮੈਂ ਮੈਂ ਜਿਹੜੀ ਜਿਹੜੀ ਮੈਨੂੰ ਪੇਸ਼ਕਸ਼ ਕੀਤੀ ਸੀ ਮੈਂ ਨਾ ਮਨਜ਼ੂਰ ਕਰਤੀ ਹੂੰ ਹੂੰ ਮੇਰੀ ਕਿਹੜਾ ਕੋਈ ਨਿਯੁਕਤੀ ਪੱਤਰ ਸੀ ਹਾਲਾਤ ਸੀ ਨਿਯੁਕਤੀ ਪੱਤਰ ਨਿਯੁਕਤੀ ਪੱਤਰ ਉਹ ਕਹਿੰਦਾ ਮੈਂ ਕਿਹੜਾ ਤਨਖਾਹ ਲੈਂਦਾ ਮੈਂ ਕਿਹੜਾ ਤਨਖਾਹ ਲੈਂਦਾ ਮੈਂ ਕਹਿੰਦਾ ਮੈਂ ਨਹੀਂ ਭਈ ਤਸਲਾ ਦਿੰਦਾ ਤੁਸੀਂ ਸਲਾਹ ਮੰਗਦੇ ਹੋ ਮੈਂ ਨਹੀਂ ਦਿੰਦਾ ਹੂੰ ਹੂੰ ਉਹ ਪਾਸੇ ਹੋ ਗਈ ਉਹ ਪਾਸੇ ਹੋਣ ਦਾ ਮਤਲਬ ਇਹ ਹੈ ਕਿ ਜਿਹੜੀ ਹਾਈ ਕਮਾਂਡ ਨੇ ਸਮਝੀ ਸੀ ਕਿ ਕੰਮ ਇਹ ਗਲਤ ਹੋ ਗਿਆ ਜੀ ਮੈਂ ਪਹਿਲਾਂ ਵੀ ਕਿਹਾ ਸੀ ਸੁ ਉਹ ਟੀਮ ਜਿਹੜੀ ਹੈਗੀ ਉਹ ਟੀਮ ਉਹਨੀ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਦੀ ਆਡਿਆਲੋਜੀ ਦੇ ਮੁਤਾਬਕ ਚੁਣੀ ਜੀ ਜੀ ਚੁਣੀ ਕਿਉਂਕਿ ਜਿੰਨਾ ਬੰਦਿਆਂ ਦਾ ਕਿਸ ਕਿਸ ਦਾ 60 ਸਾਲ ਦੀ ਉਮਰ ਹੈ ਕਿਸੇ ਦੀ 65 ਸਾਲ ਦੀ ਉਮਰ ਹੈ ਕਿਸੇ ਦੀ 70 ਸਾਲ ਦੀ ਉਮਰ ਹੈ ਹਮ ਹਮ ਉਹਨਾਂ ਬੰਦਿਆਂ ਦੀ ਜਿਹੜੀ ਆਡਿਆਲੋਜੀ ਹੈ ਉਸ ਆਡਿਆਲੋਜੀ ਨਾਲ ਉਹ ਕਿਵੇਂ ਸੰਬੰਧਤਾ ਕਰ ਲੈਣ ਜੀ ਅੱਜ ਕੋਈ ਨਵਜੋਤ ਸਿੰਘ ਸਿੱਧੂ ਦਾ ਐਡਵਾਈਜ਼ਰ ਲੱਗ ਜੇ ਮੈਂ ਤੁਹਾਡੇ ਨਾਲ ਕੰਮ ਕਰਦਾ ਤੁਹਾਡੇ ਨਾਲੋਂ ਮੈਂ ਆਪਣੀ ਆਈਡੀਆਲੋਜੀ ਕਿ ਮੈਂ ਚੇਂਜ ਕਰ ਲੂੰਗਾ ਨਹੀਂ ਕਰ ਸਕਦਾ ਕੋਈ ਆਪਣੀ ਆਪੋ ਆਪਣੀ ਹੈ ਕਿ ਕੀ ਆਪਣੀ ਅੰਡਰਸਟੈਂਡਿੰਗ ਹੈ ਕਿ ਆਪਾਂ ਬੈਠ ਕੇ ਗੱਲ ਕਰ ਸਕਦੇ ਹੁਣ ਜੇ ਮੈਨੂੰ ਕੋਈ ਬੰਦਾ ਇਹ ਕਹੇ ਕਿ ਤੂੰ ਬਾਹਰ ਜਾ ਕੇ ਤੇਰੀ ਇਹ ਸੋਚ ਕਿਉਂ ਮੇਰੀ ਐਡਾ ਤੁਹਾਡੀ ਐਡਾ ਤੁਹਾਡੀ ਐਡਾ ਬਿਲਕੁਲ ਬਿਲਕੁਲ ਉਹਦੇ ਤੇ ਜਿਹੜੀ ਗਲਤੀ ਇਹ ਹੋਗੀ ਕਿ ਉਹਨਾਂ ਨੂੰ ਲਾਉਣਾ ਨਹੀਂ ਚਾਹੀਦਾ ਸੀ ਲਾਉਣ ਤੋਂ ਬਾਅਦ ਜਿਹੜਾ ਇੱਕ ਸਾਰਾ ਕੁਝ ਹੋਇਆ ਹੁਣ ਉਹਦਾ ਫਿਰ ਤੁਸੀਂ ਅਗਲਾ ਦੇਖੋ ਕਿ ਮੈਂ ਜਿਵੇਂ ਪਹਿਲਾਂ ਕਹਿ ਸੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਪਹਿਲਾ ਸਾਰੀ ਦੇ ਸਾਰੀ ਭੱਜ ਕੇ ਜਿਹੜੇ ਹੈਗੇ ਜੀ ਬਸ ਤੇ ਵਿੱਚ ਸਵਾਰ ਹੋ ਗਏ ਸੀ ਜੀ ਜੀ ਲੰਕਦੇ ਜਾਂਦੇ ਸੀ ਵਾਰੀਆਂ ਨਾਲ ਖੜੇ ਹੋਏ ਤੇ ਰਾਤ ਉਹੀ ਲੋਕ ਇਧਰਲੇ ਪਾਸੇ ਆ ਗਏ ਤੇ ਹਾਈਨੈਸ ਮਹਾਰਾਜਾ ਸਾਹਿਬ ਹੂੰ ਹੂੰ ਕਿਵੇਂ ਗੱਲਾਂ ਕਰਦੇ ਸੀ ਅੰਗਰੇਜ਼ੀ ਚ ਗੱਲਾਂ ਕਰਦੇ ਸੀ ਕੋਈ ਕਿਵੇਂ ਕਰਦੇ ਸੀ ਬਾਰੀ ਨਾਲ ਨਾਲ ਲੜਦੇ ਸੀ ਆ ਕੇ ਇਹ ਇਹ ਫੋਟੋ ਮਖਿਚਾਉਣ ਵਾਸਤੇ ਮਤਲਬ ਇੱਕ ਬਦਲੇ ਹੋਏ ਰੁਖ ਦੀ ਕਹਾਣੀ ਹੈ ਕਿ ਹਾਈ ਕਮਾਂਡ ਦਾ ਰੁੱਕੇ ਤੇ ਰੁਜਾ ਤੇ ਹਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਹਾਈ ਕਮਾਂਡ ਦੀ ਕਿਰਕਰੀ ਬਹੁਤ ਹੋ ਗਈ ਇਸ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਉਹਨਾਂ ਨੇ ਜਿਸ ਤਰ੍ਹਾਂ ਲਿਆਂਦਾ ਸੀ ਤੇ ਨਬਜੋ ਸਿੰਘ ਸਿੱਧੂ ਦਾ ਜਿਹੜਾ ਨਜ਼ਰੀਆ ਅੱਜ ਉਹ ਕਹਿੰਦਾ ਕਹਿੰਦਾ ਜੀ ਫੈਸਲਾ ਲੈ ਲੈਣ ਦੀ ਜੇ ਮੈਨੂੰ ਖੁੱਲ ਨਹੀਂ ਦਿੱਤੀ ਤੇ ਇਟਣਾਂ ਵਾਲੇ ਟਿਕੜਕਾ ਦੂ ਉਹ ਟਿਕੜਕਾਉਣ ਵਾਲੀ ਗੱਲ ਹੈ ਚੱਲੂ ਕਿ ਨਹੀਂ ਕਿ ਦਰ ਤੱਕ ਇਹ ਗੱਡੀ ਮੇਰੀ ਤਾਂ ਸਮਝ ਇਹ ਆ ਜੇ ਇੱਕ ਨਵੀਂ ਚੱਲ ਰਹੀ ਹੈ ਮੈਂ ਟੀਵੀ ਚੈਨਲਾਂ ਤੇ ਦੇਖ ਰਿਹਾ ਸੀ ਐਸ ਪੀ ਐਸ ਅਭਰਾਏ ਕਹਿੰਦੇ ਜੀ ਮੁੱਖ ਮੰਤਰੀ ਦਾ ਚਿਹਰਾ ਵੀ ਪਾਰਟੀ ਵਾਲੇ ਉਹਨੂੰ ਚਿਹਰਾ ਬਣਾਉਂਦੇ ਉਹਨਾਂ ਨੇ ਪਹਿਲੇ ਹੀ ਕਹਿਤਾ ਸੀ ਕਿ ਨਹੀਂ ਇਹ ਖਬਰ ਕਿਉਂ ਚਲਾਈ ਹੂੰ ਇਹ ਖਬਰ ਜਿਹੜੀ ਹੈ ਗੋਦੀ ਮੀਡੀਆ ਤੇ ਜਾਂ ਕਾਰਪੋਰੇਟ ਮੀਡੀਆ ਤੇ ਚੱਲਣ ਦਾ ਮਤਲਬ ਕੀ ਸੀ ਜੀ ਇਦਾਂ ਮਤਲਬ ਚੱਲ ਰਿਹਾ ਇਹ ਸੀ ਕਿ ਅਸਲ 'ਚ ਅੰਦਰ ਖਾਤੇ ਕੁਝ ਹੋਰ ਹੋ ਰਹੇ ਮੈਨੂੰ ਇਹ ਜਾਪਦੀ ਹੈ ਕਿ ਜੋ ਬਿਹੇਵੀਅਰ ਨਵਜੋਤ ਸਿੰਘ ਸਿੱਧੂ ਦਾ ਹੈ ਜੀ ਨਵਜੋਤ ਸਿੰਘ ਸਿੱਧੂ ਨੇ ਜਿਆਦਾ ਦੇਰ ਕਾਂਗਰਸ ਪਾਰਟੀ 'ਚ ਕੱਟਣਾ ਨਹੀਂ ਅੱਛਾ ਜੀ ਕੱਲ ਤੁਸੀਂ ਦੇਖੋ ਕਿ ਜਦੋਂ ਅ ਆਪਣੇ ਤੁਹਾਡੇ ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਹੂੰ ਭਗਵੰਤ ਮਾਨ ਨਾਲ ਜ਼ਰੂਰ ਆ ਜੀ ਤੁਹਾਡਾ ਮੂੰਹ ਨਿੱਕਾ ਤੁਹਾਡਾ ਮੂੰਹ ਨਹੀਂ ਦਿਗਾਇਆ ਭਗਵੰਤ ਸਿੰਘ ਮਾਨ ਦੇ ਮੂੰਹ ਦੇ ਵਿੱਚੋਂ ਤੁਸੀਂ ਕਿ ਸ਼ਬਦ ਕੱਢਿਆ ਦਿਖਾ ਦਿਓ ਕੱਲ ਨਹੀਂ ਬੋਲੇ ਹੀ ਨਹੀਂ ਜਿਹੜਾ ਬੰਦਾ ਚੁੱਪ ਹੀ ਨਹੀਂ ਕਰਦਾ ਸਿਉ ਬੋਲਦਾ ਨਹੀਂ ਹੂੰ ਹੂੰ ਉਹਦੀ ਚੁੱਪੀ ਦਾ ਕਾਰਨ ਕੀ ਹੈ ਤੇ ਇਹਦੇ باوجود ਵੀ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਦੱਸੋ ਜੀ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਹੂੰ ਹੂੰ ਤੇ ਕੇਜਰੀਵਾਲ ਸਾਹਿਬ ਉੱਠ ਕੇ ਚਲੇ ਗਏ ਇੱਕ ਵਕਤ ਦੀ ਉਡੀਕ ਚ ਹੈ ਹੂੰ ਹੂੰ ਵੀ ਸ਼ਾਇਦ ਕਿਤੇ ਵੇਟਨ ਡਿੱਗ ਬਈ ਨਹੀਂ ਇਟ ਡਿੱਗਣ ਵਾਲੀ ਗੱਲ ਹੈ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਅਕਾਲੀ ਦਲ ਤਜਾ ਨਹੀਂ ਸਕਦੀ ਹੂੰ ਹੂੰ ਕਿੰਨੇ ਇਹਨਾਂ ਹਾਲਾਤਾਂ ਦੇ ਵਿੱਚ ਨ ਉਹਨਾਂ ਨੇ ਇਹਨੂੰ ਮੌਕਾ ਦਿੱਤਾ ਵੀ ਤੂੰ ਚੱਲ ਵੇਖ ਨਹੀਂ ਵੇਖਣ ਵਾਲੀ ਉਹਨਾਂ ਨੇ ਮੌਕਾ ਵੀ ਦਿੱਤਾ ਉਹਨਾਂ ਨੇ ਫੂਕ ਵੀ ਕੱਢੀ ਹੂੰ ਹੂੰ ਇਹਦੇ ਵਿੱਚ ਮੈਂ ਇੱਥੇ ਗੱਲ ਕਹੂੰਗਾ ਕਿ ਦੋ ਗੱਲ ਹੈ ਜੀ ਜਿਹੜੀ ਜਿਹੜੀ ਪ੍ਰਸ਼ਾਂਤ ਕਸ਼ੋਰ ਵਾਲੀ ਸਟ੍ਰੈਟਜੀ ਵਾਲੀ ਗੱਲ ਸੀ ਇੱਕ ਤਾਂ ਸਟ੍ਰੈਟਜੀ ਇਹ ਸੀ ਹੂੰ ਹੂੰ ਕਿ ਜੀ ਦੋਨਾਂ ਨੂੰ ਇਕੱਠਾ ਰੱਖਿਆ ਜਾਵੇ ਜੀ ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀ ਹੈ ਹੂੰ ਹੂੰ ਜੇ ਆਮ ਆਦਮੀ ਪਾਰਟੀ ਚ ਲਾ ਗਿਆ ਕਿਤੇ ਨੁਕਸਾਨਾ ਹੋ ਜੇ ਜੀ ਇਹਨੂੰ ਆਮ ਆਦਮੀ ਪਾਰਟੀ ਜਾਣ ਤੋਂ ਰੋਕੋ ਨੂੰ ਰੋਕ ਲਿਆ ਹੂੰ ਹੂੰ ਜੇ ਉਹ ਨਹੀਂ ਮਤਲਬ ਆਪਣੀ ਉਹ ਲਾਈਨ ਤੋਂ ਨਾ ਤਬਦੀਲ ਹੋਇਆ ਉਹਨੇ ਇਟ ਨਾਲ ਖੜਕਾਉਂਦਾ ਹੀ ਰਿਹਾ ਜੀ ਹੋ ਕੀ ਤੇ ਫਿਰ ਉਹਨੂੰ ਜਾਣਾ ਪਊ ਜਾਣਾ ਪਊ ਤੇ ਜਦੋਂ ਜਾਊਗਾ ਉੱਥੇ ਤੇ ਉੱਥੇ ਫਿਰ ਉਹ ਥੋੜਾ ਜਿਹਾ ਕਹਿੰਨ ਕਿ ਵੀ ਆਜੋ ਜੀ ਤੁਹਾਨੂੰ ਫਿਰ ਉਹ ਉਹ ਮੁੱਲ ਨਹੀਂ ਕਹਿੰਦਾ ਫਿਰ ਕਿਉਂਕਿ ਫਿਰ ਤੀਜੀ ਚੌਥੀ ਪਾਰਟੀ ਹੋ ਜਾਣੀ ਹੈ ਹੂੰ ਹੂੰ ਉਹ ਗੱਲ ਨਹੀਂ ਰਹਿੰਦੀ ਇਸ ਕਰਕੇ ਮੇਰਾ ਖਿਆਲ ਹੈ ਵੀ ਇਹ ਜਿਹੜਾ ਭੰਬਲ ਪੂਸਾ ਹਾਈ ਕਮਾਂਡ ਨੇ ਪਾਇਆ ਸੀ ਉਹ ਕਾਂਗਰਸ ਪਾਰਟੀ ਵਰੀ ਨੇ ਇੱਕ ਮੇਰਾ ਮਿੱਤਰ ਹੈ ਕਾਂਗਰਸੀ ਸੀ ਪੁਰਾਣਾ ਅੱਜ ਕੱਲ੍ਹ ਤਾਂ ਕਾਂਗਰਸ ਨੂੰ ਛੱਡ ਗਿਆ ਹੂੰ ਹੂੰ ਉਹ ਇੱਕ ਗੱਲ ਕਹਿੰਦਾ ਹੁੰਦਾ ਜਿਹੜੀ ਇਸ ਕਾਂਗਰਸ ਜੀ ਤਾਂ ਬਾਹਰ ਨਹੀਂ ਮਿਲ ਜਾਂਦਾ ਠੀਕ ਹੈ ਨਹੀਂ ਫਿਰ ਘਰ ਦੇ ਖਾਂਦੀ ਘਰ ਦੀ ਖਾ ਲੈਂਦੀ ਇਹਨੇ ਖਾਣਾ ਹੀ ਖਾਣਾ ਬਿਲਕੁਲ ਬਿਲਕੁਲ ਸੋ ਚਲੋ ਜੀ ਕੌਣ ਖਾਂਦਾ ਹੈ ਕੀ ਬਣਦਾ ਹੈ ਤੇ ਪਰ ਕੈਪਟਨ ਨੇ ਜਿਹੜਾ ਜੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਇੱਕ ਦਿਨ ਦਾ ਸੱਦੇ ਇਹ ਕੀ ਸਾਜ਼ਿਸ਼ ਹੋ ਸਕਦੀ ਹੈ ਸਾਜ਼ਿਸ਼ ਨਹੀਂ ਇਹ ਯੋਜਨਾਬੰਦੀ ਹੈ ਸਾਜ਼ਿਸ਼ ਲੈ ਲੋ ਯੋਜਨਾਬੰਦੀ ਸਾਜ਼ਿਸ਼ ਤਾਂ ਹੋਰ ਚੀਜ਼ ਹੁੰਦੀ ਹੈ ਨਾ ਸਾਜ਼ਿਸ਼ ਤਾਂ ਇਹ ਕਿ ਯੋਜਨਾਬੰਦੀ ਜਿਹੜੀ ਹੁੰਦੀ ਹੈ ਸਟ੍ਰੈਟਜੀ ਹੈ ਜੀ ਰਣਨੀਤੀ ਹੈ ਹਮ ਹਮ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਸੀ ਜੀ ਕਿ ਅਮਰਿੰਦਰ ਸਿੰਘ ਜਾਂ ਤਾਂ ਆਹ ਕਾਨੂੰਨ ਲੈ ਆਵੇ ਹੂੰ ਹੂੰ ਜੇ ਨਹੀਂ ਲੈ ਕੇ ਆਉਂਦਾ ਤਾਂ ਫਿਰ ਵਿਧਾਇਕ ਲੈ ਕੇ ਆਉਣਗੇ ਜੀ ਮਤਾ ਮੈਂ ਲੈ ਕੇ ਆਉਂਗਾ ਇਹ ਗੱਲ ਕਿਸ ਨੇ ਤੁਹਾਡੀ ਯਾਦ ਹੈ ਕਾਨੂੰਨੀ ਤੌਰ ਦੇ ਉੱਤੇ ਸਰਕਾਰ پابੰਦ ਹੈ ਇਹ ਵਿਦਨ 6 ਮਨਥ ਉਹਨਾਂ ਨੂੰ ਸੈਸ਼ਨ ਬੁਲਾਉਣੇ ਹੀ ਪੈਣੇ ਹੂੰ ਹੂੰ ਇਹ ਸੈਸ਼ਨ ਜਿਹੜਾ ਹੈਗਾ ਮਾਨਸੂਨ ਸੈਸ਼ਨ ਨੇ ਜੀ ਮਾਨਸੂਨ ਸੈਸ਼ਨ ਬੁਲਾਉਣਾ ਪੈਣੇ 6 ਮਹੀਨੇ ਤੋਂ ਵੱਧ ਮਿਆਦ ਨਹੀਂ ਟਪਾਈ ਜਾ ਸਕਦੀ ਹੂੰ ਹੂੰ ਸੋ ਇਹਦੀ ਦੀ ਸਟ੍ਰੈਟਜੀ ਬਣਾਈ ਗਈ ਕਿ ਸੈਸ਼ਨ ਬੁਲਾਓ ਜੀ ਲੇਕਿਨ ਸੈਸ਼ਨ ਜਿਹੜਾ ਹੈਗਾ ਉਹਦੀ ਰਸਮ ਦੀ ਪੂਰਤੀ ਹੋਵੇ ਜੀ ਕਿ ਜੀ ਸੈਸ਼ਨ ਬੁਲਾ ਲਿਆ ਤੇ ਗੁਰੂ ਸਾਹਿਬ ਦਾ ਆ ਗਿਆ ਜੀ ਜਨਮ ਦਿਹਾੜਾ ਹੂੰ ਗੁਰੂ ਸਾਹਿਬ ਦਾ ਜਨਮ ਦਿਹਾੜਾ ਆ ਗਿਆ 3 ਤਾਰੀਖਾ ਜੀ ਕਹਿੰਦੇ ਜੀ ਸੈਸ਼ਨ ਬੁਲਾ ਲਿਆ ਹੂੰ ਉਹਦੋਂ ਹੋਰ ਕੋਈ ਕੰਮ ਨਹੀਂ ਹੋਣਾ ਜੀ ਇੱਕੋ ਹੀ ਕੰਮ ਹੋਣਾ ਕਿ ਗੁਰੂ ਸਾਹਿਬ ਨੂੰ ਕੀ ਦਸਪੇਟ ਕਰਦੀ ਗੁਰੂ ਸਾਹਿਬ ਨੂੰ ਯਾਦ ਕਰਨਾ ਪੰਜਾਬ ਦੀ ਵਿਧਾਨ ਸਭਾ ਵੀ ਹੂੰ ਹੂੰ ਗੁਰੂ ਦਾ ਹੋਵੇ ਜਨਮ ਦਿਹਾੜਾ ਸਿੱਖ ਗੁਰੂ ਦਾ ਔਰ ਨਾਲ ਐ ਸਰਕਾਰ ਕਿਦੀ ਹੋਵੇ ਜੀ ਜੀ ਸਰਕਾਰ ਸੈਕੂਲਰ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਮੁੱਖ ਮੰਤਰੀ ਕੌਣਾ ਸਿੱਖ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਮੈਂ ਤਾਂ ਸਮਰਪਤਾ ਜੀ ਸਿੱਖੀ ਹੂੰ ਹੂੰ ਅਸੀਂ ਤਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਰਪਤਾ ਹੂੰ ਹੂੰ ਜੇ ਪੱਗ ਸਿੱਖੀ ਨੂੰ ਦੇਖੇ ਸਿੱਖੀ ਦਾ ਮਤਲਬ ਇਹ ਨਹੀਂ ਕਿ ਪੱਗਾ ਪੱਗਾ ਸਾਹਿਬ ਦੀ ਸੰਭੀ ਚੱਕਦਾ ਪੱਗਾ ਪੱਗਾ ਵਾਲੇ ਨਹੀਂ ਜਾਂ ਦਾੜੀਆਂ ਵਾਲੇ ਨਹੀਂ ਜਾਂ ਇਕੱਲੀ ਕਿਰਪਾਨ ਪਾਈ ਉਹ ਨਹੀਂ ਸਿੱਖੀ ਦਾ ਮਤਲਬ ਹੈ ਕਿ ਜਿਹਦਾ ਗੁਰੂ ਨਾਨਕ ਦੇਵ ਦੀ ਫਲਸਫੀ ਦੇ ਵਿੱਚ ਵਿਸ਼ਵਾਸ ਹੈ ਉਹ ਜੇ ਉਹਦੀ ਛੇਵ ਵੀ ਕੀਤੀ ਹੋ ਸਕਦੀ ਹੈ ਉਹ Hindu ਵੀ ਹੋ ਸਕਦਾ ਉਹ Musalman ਵੀ ਹੋ ਸਕਦਾ ਉਹ Christian ਵੀ ਹੋ ਸਕਦਾ ਜੀ ਧਰਮ ਉਹਦਾ ਕੋਈ ਵੀ ਹੋਵੇ ਜੇ ਉਹ ਗੁਰੂ ਸਾਹਿਬ ਦੇ ਜਿਹੜਾ ਫਲਸਫਾ ਹੈ ਉਹਦੇ ਵਿੱਚ ਵਿਸ਼ਵਾਸ ਰੱਖਦਾ ਤਾਂ ਅਸੀਂ ਇਹਨੂੰ ਕਹਾਂਗੇ ਸਿੱਖੀ ਦਾ ਅਨੁਆਈ ਹੈ ਜੀ ਸੋ ਪ੍ਰਭਾਵ ਵੀ ਦਿੱਤਾ ਜਾਂਦਾ ਜੀ ਅਸੀਂ ਤਾਂ ਗੁਰੂ ਸਾਹਿਬ ਦਾ ਜਿਹੜਾ ਹੈਗਾ ਵਿਧਾਨ ਸਭਾ ਚ ਬਣਾਉਣਾ ਤੇ ਇਹਨੂੰ ਫਿਰ ਇਹਦੀ ਇੰਪੋਰਟੈਂਸ ਬਣਾਉਣ ਵਾਸਤੇ ਨਾਲੇ ਵੀ ਗੱਲ ਕਹਿਤੀ ਕਿ ਸੱਦਾ ਦੇਣਾ ਜੀ ਦੋ ਸ਼ਖਸੀਅਤਾਂ ਨੂੰ ਜੀ ਇੱਕ ਤਾਂ ਕਹਿੰਦੇ ਜੀ ਵੀ ਉਪ ਰਾਸ਼ਟਰਪਤੀ ਹੂੰ ਬੰਕਈਆ ਨਾਡੋ ਹਾਂ ਪ੍ਰਧਾਨ ਮੰਤਰੀ ਨਹੀਂ ਰਾਸ਼ਟਰਪਤੀ ਨਹੀਂ ਹੂੰ ਹੂੰ ਉਪ ਰਾਸ਼ਟਰਪਤੀ ਸਾਬ ਨੂੰ ਦਿਨਾ ਕਿਉਂਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕੋਲ ਸ਼ਾਇਦ ਟਾਈਮ ਨਾ ਹੋਵੇ ਜੇ ਆਉਣਗੇ ਜੇ ਪਰ ਪ੍ਰਧਾਨ ਮੰਤਰੀ ਆਉਣਗੇ ਤਾਂ ਪੋਲੀਟੀਕਲੀ ਉਹ ਮੇਲਾ ਲੁੱਟ ਕੇ ਲੈ ਜਾਣਗੇ ਹੂੰ 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 ਉਹਦਾ ਬੀਜੇਪੀ ਨੂੰ ਬੈਨੀਫਿਟ ਹੋਊਗਾ ਜੇ ਬੀਜੇਪੀ ਨੂੰ ਬੈਨੀਫਿਟ ਨਾ ਹੋਊ ਤਾਂ ਕੈਪਟਨ ਅਮਰਿੰਦਰ ਸੋਦੀ ਤੋਏ ਤੋਏ ਹੋਊਗੀ ਤੋਏ ਤੋਏ ਹੋਜੂਗੀ ਕਿ ਕਿਸਾਨੀ ਤਾਂ ਉੱਥੇ ਬੈਠੀ ਹੈ 9 ਮਹੀਨਿਆਂ ਤੋਂ ਤੂੰ ਇੱਥੇ ਉਹ ਭਾਈ ਉਹ ਤਾਂ ਮਿੱਥੇ ਜਿਹੜੇ ਹੈਗੇ ਆ 9 ਮਹੀਨੇ ਉਹਨਾਂ ਦੇ ਪੂਰੇ ਹੋ ਗਏ 6 ਮਹੀਨੇ 9 ਮਹੀਨੇ ਪੂਰੇ ਹੋ ਗਏ ਤੇ ਕਿਸਾਨ ਤਾਂ ਉੱਥੇ ਆਪਦਾ ਮਤਲਬ ਜਿਹੜਾ ਹੈਗਾ ਕਨਵੈਨਸ਼ਨ ਕਰੀ ਜਾਂ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਦੀ ਗੱਲ ਨਹੀਂ ਸੁਣਦਾ ਤੁਸੀਂ ਉਹਨਾਂ ਦਾ ਲੈ ਕੇ ਮਾਨ ਸਨਮਾਨ ਕਰਦੇ ਹੋ ਉਹ ਵੀ ਗੁਰੂਆਂ ਦੇ ਦਿਹਾੜੇ ਤੇ ਗੁਰੂਆਂ ਦੇ ਮੌਕੇ ਤੇ ਉਹ ਲੈ ਕੇ ਤੁਸੀਂ ਉਹਨੇ ਕਰਕੇ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਛੱਡਦਾ ਬੜੇ ਸਲੀਕੇ ਦੇ ਨਾਲ ਤਰੀਕੇ ਦੇ ਨਾਲ ਉਪਰਾਸ਼ਟਪਤੀ ਨੂੰ ਬੁਲਾ ਲਓ ਉਪਰਾਸ਼ਟਪਤੀ ਬੇਲਾ ਹੁੰਦਾ ਉਹ ਜਵਾਬ ਵੀ ਨਹੀਂ ਦੇ ਸਕਦੇ ਤੇ ਨਾਲ ਅਗਲੀ ਬਹੁਤ ਵੱਡੀ ਸ਼ਖਸੀਅਤ ਅੱਜ ਭਾਵੇਂ ਉਹ ਇੱਕ ਸਿਰਫ ਰਾਜ ਸਭਾ ਦੇ ਮੈਂਬਰ ਹੈ ਲੇਕਿਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹੈ ਗੁਰਸਿੱਖਾ ਨਾਮ ਬਹੁਤ ਵੱਡਾ ਹੈ ਬਨਮੂਨ ਸਿੰਘ ਅੰਤਰਰਾਸ਼ਟਰੀ ਪੱਧਰ ਤੇ ਡਾਕਟਰ ਬਨਮੂਨ ਸਿੰਘ ਉਹ ਆਗੇ ਹੁਣ ਇੱਥੇ ਆ ਕੇ ਜੇ ਚਾਹਣ ਵੀ ਨਵਜੋਤ ਸਿੰਘ ਸਿੱਧੂ ਹੂੰ ਜਾਂ ਉਹਨਾਂ ਦਾ ਗਰੁੱਪ ਚਾਵੇ ਕਿ ਅਸੀਂ ਕੋਈ ਰੈਗੂਲੇਸ਼ਨ ਆ ਮਗਰ ਰੈਗੂਲੇਸ਼ਨ ਪਹਿਲੀ ਗੱਲ ਤਾਂ ਉਹਨਾਂ ਦੀ ਜਰਤ ਹੀ ਨਹੀਂ ਕਿ ਜਦੋਂ ਇਹ ਗੱਲ ਕਹਿ ਦਿੱਤੀ ਕਿ ਗੁਰੂ ਨੂੰ ਸਮਰਪਿਤ ਹੈ ਦਿਨ ਵਿਧਾਨ ਸਭਾ ਦਾ ਸ਼ੈਸ਼ ਨਹੀਂ ਇੱਕ ਇੱਕ ਦਾ ਸ਼ੈਸ਼ ਨੂੰ ਸਮਰਪਿਤ ਹੈ ਉੱਥੇ ਲੈ ਕੇ ਕਿਵੇਂ ਆਉਣਗੇ ਇਨ ਕਾ ਇਸ ਜੇ ਉਹ ਲੈ ਕੇ ਆਉਂਦੇ ਤਾਂ ਸਪੀਕਰ ਕਦੋਂ ਕਰੋ ਪਰੇ ਜੀ ਇਹ ਇਸ ਇਹਦੀ ਲੋੜ ਹੀ ਕੋਈ ਨਹੀਂ ਉੱਥੇ ਨਾ ਫਿਰ ਵਾਕ ਆਊਟ ਹੋਣਾ ਨਾ ਨਾਰੇਬਾਜੀ ਲੱਗਣੀ ਇਹ ਕੁਝ ਵੀ ਨਹੀਂ ਹੋਣੀ ਇਸ ਕਰਕੇ ਇੱਕ ਸਟ੍ਰੈਟਜੀ ਬਣਾ ਲਈ ਪਰ ਇਹਦਾ ਮਤਲਬ ਇਹ ਹੈ ਕਿ ਫਿਰ ਜਿਹੜੀ 6 ਮਹੀਨੇ ਵਾਲੀ ਸ਼ਰਤ ਹੈ ਉਹਦਾ ਹੋ ਗਈ ਖਤਮ ਹੂੰ ਹੂੰ ਉਦੋਂ ਤੱਕ ਜਦੋਂ ਐਨ ਸਾਰਾ ਕੁਝ ਕੰਟਰੋਲ ਕਰ ਲਿਆ ਕਿ ਕੋਈ ਅਗਲੀ ਗੱਲ ਇੱਕ ਹੋਰ ਹੋਣੀ ਹੈ ਅਗਲੀ ਗੱਲ ਇਹ ਹੋਣੀ ਹੈ ਕਿ ਰੀਸ਼ਫਲ ਵੀ ਹੋਊਗੀ ਹੁਣ ਜੀ ਹੁਣ ਕੁਝ ਵਜ਼ੀਰ ਨਵੇਂ ਆਉਣਗੇ ਤੇ ਕੁਝ ਪੁਰਾਣੇ ਜਾਣਗੇ ਇਹ ਨਹੀਂ ਕਿ ਸਾਰੇ ਜਾਣਗੇ ਉਹਦੇ ਵਿੱਚ ਵੀ ਦੇਖਿਆ ਜਾਊ ਕੱਲ ਜਦੋਂ ਨਾਲ ਹੀ ਤੁਸੀਂ ਦੇਖਿਆ ਹੋਣਾ ਕਿ ਇਹ ਹੋਇਆ ਉਸੇ ਵੇਲੇ ਕੈਬਨਿਟ ਦੀ ਮੀਟਿੰਗ ਵੀ ਹੋਈ ਸੀ ਹੂੰ ਜਿਹੜੇ ਪੰਜਾਬ ਦੇ ਐਮਐਲਏ ਚਾਰ ਤੇ ਚਾਰ ਵਜ਼ੀਰ ਤੇ ਤਿੰਨ ਮਿਲੇ ਗਏ ਸੀ ਦੇਰਾਦੂਨ ਉੱਥੋਂ ਹਰੀਸ਼ ਛਾਪ ਨੇ ਤਾਂ ਕਹਿੰਦਾ ਜੀ ਨਹੀਂ ਮੁਰਜੋ ਪਿਸ਼ਾ ਪਿਸ਼ਾ ਮੁੜ ਕੇ ਆ ਗਏ ਫਿਰ ਉਹਨਾਂ ਨੇ ਕਿਹਾ ਸੀ ਜੀ ਦੇਖਾਂਗੇ ਜੇ ਹਾਈ ਕਮਾਂਡ ਬੁਲਾਉਗੀ ਤਾਂ ਪਰ ਕੱਲ ਫਿਰ ਹਾਈ ਕਮਾਂਡ ਕੋਲ ਤੁਰ ਗਈ ਹੂੰ ਹੂੰ ਦਿੱਲੀ ਚਲੇ ਗਈ ਦਿੱਲੀ ਕਹਿੰਦੀ ਐ ਵੀ ਮਾਨਤਾ ਨੂੰ ਉਹਨਾਂ ਦਾ ਹੋਇਆ ਨਹੀਂ ਜਿਦਾ ਹੋਣਾ ਚਾਹੀਦਾ ਸੀ ਰਾਹੁਲ ਗਾਂਧੀ ਦੀ ਅਪੀਲ ਇਹ ਮੋੜਦਾ ਕਹਿੰਦਾ ਚੰਡੀਗੜ੍ਹ ਤਾਂ ਤੁਸੀਂ ਸੁਰੱਖਿਅਾਂ ਦਾ ਚੰਡੀਗੜ੍ਹ ਬਣਾ ਲੈਣਿਓ ਹੂੰ ਹੂੰ ਉੱਥੇ ਸੁਰੱਖਿਅਾਂ ਬਣਾ ਕੇ ਖੁਬਾਰਾ ਦਾ ਸ਼ਿੰਗਾਰ ਬਣਾ ਕੇ ਤੇ ਫਿਰ ਇੱਥੇ ਆ ਜੈਣਿਓ ਇਹ ਮਾਮਲਾ ਵੀ ਦਿਨ ਪਾਰਟੀ ਸੀ ਤੁਹਾਨੂੰ ਕੋਈ ਸ਼ਿਕਾਇਤ ਸੀ ਕੋਈ ਆਪਦੀ ਪਾਰਟੀ ਨਾਲ ਪੰਜਾਬ ਦੀ ਨਾਲ ਗੱਲ ਕਰਦੇ ਉਹ ਕੋਈ ਗੱਲ ਨਾ ਸੁਣਦੇ ਤੁਸੀਂ ਇੱਥੇ ਆ ਜਾਂਦੇ ਹੁਣ ਤੁਸੀਂ ਇ ਲੈਕਿਨ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਬੰਦਾ ਹੈਗਾ ਤ੍ਰਿਪਤਰ ਜੀਂਦਰ ਸਿੰਘ ਬਾਜਵਾ ਹੂੰ ਹੂੰ ਉਹਦੀ ਡਿਊਟੀ ਲੱਗੀ ਸੀ ਕੱਲ ਪੰਜਾਬ ਪਵਨ ਚ ਆ ਪੰਜਾਬ ਕਾਂਗਰਸ ਪਵਨ ਦੇ ਵਿੱਚ ਉੱਥੇ ਉਹਨਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਅਸੀਂ ਲੋਕ ਸ਼ਿਕਾਇਤਾਂ ਸੁਣਦੇ ਗਏ ਸੀ ਪਰ ਉਹ ਹਾਜ਼ਰ ਨਹੀਂ ਪਾਈ ਇਮੇਜ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੇ ਆਪ ਨਹੀਂ ਹਾਜ਼ਰ ਹੁੰਦਾ ਤਾਂ ਅਗਲਾ ਆਪ ਦੀ ਥਾਂ ਦੇ ਉੱਤੇ ਬਦਲੇ ਵਿੱਚ ਵਜ਼ੀਰ ਨੂੰ ਭੇਜਦਾ ਹੂੰ ਹੂੰ ਕਿ ਜਿਹੜੇ ਲੋਕ ਆਏ ਉਹ ਨਾ ਖੱਦਲ ਖੁਆਰ ਹੋਣ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਾਂਗਰਸ ਭਵਨ ਵਾਲਾ ਪ੍ਰੋਗਰਾਮ ਕਾਂਗਰਸ ਪ੍ਰੈਜ਼ੀਡੈਂਟ ਦਾ ਸਿਨੂ ਮਜੂਦ ਸੀ ਉਹਦਾ ਡਿਊਟੀ ਲਈ ਆ ਤੇ ਮੁੱਖ ਮੰਤਰੀ ਕੋਲੇ ਰੋਸਟਰ ਬਣਾ ਕੇ ਲੈ ਗਿਆ ਸੀ ਉਹਨੇ ਪ੍ਰਵਾਨਗੀ ਦਿੱਤੀ ਭਾਈ ਵੀਰੋ ਤੁਸੀਂ ਜਾਓ ਹੂੰ ਹੂੰ ਪਹਿਲੇ ਦਿਨ ਜਿਹੜਾ ਹੈਗਾ ਪਰਮਹਿੰਦਰੇ ਨੇ ਆਉਣਾ ਸੀ ਹੂੰ ਹੂੰ ਪਰ ਮਹਿੰਦਰੇ ਨੂੰ ਕੋਈ ਕੰਮ ਪੈ ਗਿਆ ਉਹ ਆਪਣੀ ਆ ਉਹਨੇ ਭਾਰਤ ਪੂਛਨਾਸ਼ ਨੂੰ ਵੇਚਤਾ ਜੀ ਕਿ ਭਾਈ ਮੇਰੀ ਥਾਂ ਤੇ ਤੂੰ ਜਾ ਜਾ ਕੇ ਲੋਕਾਂ ਦੀ ਗੱਲ ਤਾਂ ਸੁਣ ਹੂੰ ਹੂੰ ਪਰ ਉਹ ਆਈ ਨਹੀਂ ਉਹ ਆਈ ਕਿਉਂ ਨਹੀਂ ਪਹਿਲਾਂ ਤਾਂ ਚਰਚਾ ਹੁੰਦੀ ਰਹੀ ਕਿੱਧਰ ਗਏ ਕਿੱਧਰ ਗਏ ਫਿਰ ਪਤਾ ਲੱਗਿਆ ਉਹ ਤਾਂ ਦਿੱਲੀ ਗਏ ਸੀ ਆਈ ਕਮਾਂਡ ਨੂੰ ਮਿਲਣ ਫਰਕ ਕੀ ਪੈਂਦਾ ਹੈ ਜੀ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਨਾਲ ਗਿਆ ਜਿਹੜਾ ਕਹਿੰਦਾ ਸੀ ਜੀ ਹੁਣ ਨਹੀਂ ਸਰਦਾ ਹੂੰ ਹੂੰ ਜੇ ਫਿਰ ਸਾਡੀ ਹਾਈ ਕਮਾਂਡ ਨੇ ਮੰਗੀ ਗੱਲ ਨਾਲ ਮੰਨੀ ਫਿਰ ਅਸੀਂ ਹੋਰ ਦੇਖਾਂਗੇ ਹੂੰ ਉਹ ਕੱਲ ਜੀ ਆਪਦੇ ਸਾਥੀਆਂ ਨੂੰ ਛੱਡ ਕੇ ਇੱਕ ਹੋਟਲ ਚ ਚਲਾ ਗਿਆ ਅੱਛਾ ਜੀ ਹੋਟਲ ਤੇ ਜਾ ਕੇ ਹੋ ਗਿਆ ਜੀ ਆਨਲਾਈਨ ਹੂੰ ਕੈਬਨਟ ਦੀ ਮੀਟਿੰਗ ਅਟੈਂਡ ਕੀਤੀ ਅੱਛਾ ਚਾਰਾਂ ਦੇ ਵਿੱਚੋਂ ਇੱਕ ਬੰਦੇ ਨੇ ਇਕੱਲੇ ਨੇ ਨਿਕੜ ਕੇ ਜਾ ਕੇ ਕੈਬਨਟ ਦੀ ਮੀਟਿੰਗ ਅਟੈਂਡ ਕੀਤੀ ਸੁਝਾਵ ਵੀ ਦਿੱਤੇ ਤੇ ਬਰ ਮਹਿੰਦਰ ਨੇ ਕਿਹਾ ਵੀ ਤਾਂ ਵੀ ਮਹਾਰਾਜ ਸਾਹਿਬ ਥੋੜਾ ਠੰਡਾ ਸੋਚੋ ਇਹਦੇ ਬਾਰੇ ਹੂੰ ਬੰਦੇ ਨੇ ਚੰਗੇ ਸੁਝਾਅ ਦਿੱਤੇ ਅਦਲਤ ਭਾਈਚਾਰੇ ਚ ਆਉਂਦਾ ਠੀਕ ਹੈ ਜੀ ਲੈਣ ਦਿਓ ਹੂੰ ਉਹ ਵੀ ਗੱਲ ਕਰਤੀ ਉਹਨਾਂ ਨੇ ਹੁਣ ਇਹਦੇ ਚ ਆ ਕੇ ਰਹਿ ਗਏ ਤਿੰਨ ਹੂੰ ਤਿੰਨਾਂ ਦੇ ਵਿੱਚੋਂ ਜਿਹੜਾ ਸੁਖਜਿੰਦਰ ਸਿੰਘ ਰਦਾਵਾ ਉਹਦੇ ਬਾਰੇ ਸਮਝਾਇਆ ਜਾਂਦਾ ਕਿ ਉਹ ਇਮੋਸ਼ਨਲ ਹੈ ਹੂੰ ਉਹ ਗੁਰਸਿੱਖ ਹੈਗਾ ਸਿੱਖੀ ਦੇ ਵਿੱਚ ਉਹਦੀ ਪ੍ਰਤੀਬੱਧਤਾ ਹੈ ਜੀ ਉਹਨੂੰ ਇਸ ਗੱਲ ਦਾ ਹੈ ਕਿ ਜਿਹੜਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਟੰਗਿਆ ਕਿਉਂ ਨਹੀਂ ਉਹਦੇ ਚ ਮਤਲਬ ਜੇ ਆਪਾਂ ਕਹਿੰਦੇ ਜਿਆਦਾ ਸਾਜ਼ਿਸ਼ਕਾਰੀ ਜਿਆ ਬੰਦਾ ਹੈ ਨਹੀਂ ਹੂੰ ਪਰ ਦੋ ਹੈਗੇ ਇੱਕ ਤਾਂ ਜਿਹੜੇ ਕਹਿੰਦੇ ਸੀ ਬਾਜਵਾਤ ਸਾਹਿਬ ਕਹਿੰਦੇ ਸੀ ਜੀ ਬਾਦਲਾਂ ਨਾਲ ਰਲੇ ਆ ਵੈ ਹੂੰ ਹੂੰ ਕੈਪਟਨ ਜਿਹਦੀ ਬਾਦਲਾਂ ਨਾਲ ਆਪਦੀ ਤਾਂ ਕੋਈ ਗਿਟਮਿਟੀ ਹੈ ਨਹੀਂ ਹੈ ਨਹੀਂ ਜਮੇ ਹੈ ਨਹੀਂ ਤੇ ਦੂਜਾ ਕਹਿੰਦੇ ਸੀ ਜੀ ਮੈਨਿੰਗ ਵਾਲੇ ਤਾਂ ਲੁੱਟ ਕੇ ਖਾ ਗਏ ਤੇ ਮੈਨਿੰਗ ਮਹਿਕਮੇ ਦਾ ਵਜੀਰਾ ਸੁਖ ਸਰਕਾਰ ਗਿਆ ਹੂੰ ਹੂੰ ਉਹ ਜਿਹੜੀ ਹੁਣ ਰੀਸ਼ਫਲ ਹੋਣੀ ਹੈ ਜੀ ਇਹ ਰੀਸ਼ਫਲ ਤੋਂ ਬਾਅਦ ਫਿਰ ਜਿਹੜੇ ਬੰਦੇ ਅੱਗੇ ਆਉਣੇ ਆ ਉਸ ਤੋਂ ਬਾਅਦ ਜਿਹੜੀ ਹੈਗੀ ਕੈਬਨਿਟ ਦੇ ਉੱਤੇ ਮੁਕੰਮਲ ਗ੍ਰਿਪ ਬਣ ਜਾਣੀ ਹੈ ਮੁੱਖ ਮੰਤਰੀ ਦੀ ਹੂੰ ਹੂੰ ਔਰ ਉਹ ਗ੍ਰਿਪ ਬਣਾ ਕੇ ਫਿਰ ਜਿਹੜੇ ਅਗਲੇ ਰੈਗੂਲੇਸ਼ਨ ਲੈ ਕੇ ਆਉਣੇ ਉਹਨਾਂ ਨੇ ਕੱਲ ਮੁਲਾਜ਼ਮਾਂ ਨੂੰ ਕੁਛ ਨੇ ਰੇਤਾਂ ਦਿੱਤੀਆਂ ਦੇ ਨਾਲ ਐਲਾਨ ਕਰਤਾ ਕਿ ਜਿਹੜੀ ਅਗਲੀ ਮੀਟਿੰਗ ਹੋਊਗੀ ਉਹਦੇ ਵਿੱਚ ਕੱਚਿਆਂ ਨੂੰ ਪੱਕੇ ਕਰਨ ਵਾਲੇ ਵੀ ਕਾਨੂੰਨ ਲੈ ਕੇ ਆ ਰਹੇ ਜੀ ਉਦੋਂ ਉਹ ਤੋਂ ਪਹਿਲਾਂ ਮਤਲਬ ਜਿਹੜੀ ਕੈਬਨਟ ਦੀ ਮਤਲਬ ਦੇ ਉੱਤੇ ਆਪਣੀ ਪਕੜ ਚਾਹੀਦੀ ਹੈ ਉਹ ਪਕੜ ਤਾਂ ਬਣੀ ਸੋ ਇਹ ਜਿਹੜੀ ਪੂਰਨ ਸੈਸ਼ਨ ਹੈ ਉਹ ਬਾਅਦ ਚ ਹੋਊਗਾ 20 ਦਿਨ ਨੂੰ ਹੋ ਜੇ 15 ਦਿਨਾਂ ਨੂੰ ਹੋ ਜੇ 6 ਮਹੀਨੇ ਵਾਲੀ ਜਿਹੜੀ ਕੰਡੀਸ਼ਨ ਸੀ ਉਹ ਕੱਲ ਜਿਹੜੀ ਹੈਗੀ 3 ਤਾਰੀਖ ਨੂੰ ਪੂਰੀ ਹੋ ਜਾਣੀ ਹੈ ਜੀ ਨਾਲ ਮਤਲਬ ਦੋਨੇ ਗੱਲਾਂ ਹੋਣਗੇ ਕਿ ਗੁਰੂ ਨੂੰ ਅਕੀਦਤ ਵੀ ਭੇਟ ਕਰਦੇ ਹੋ ਤੇ ਰਸਮ ਦੀ ਪੂਰਤੀ ਵੀ ਕਰਦੇ ਹੋ ਆਪਣਾ ਮਤਲਬ ਵੀ ਹੱਲ ਹੋ ਜੇ ਜੀ ਚਲੋ ਉਧਰ ਇਹਨਾਂ ਦਾ ਤਾਂ ਮਤਲਬ ਹੱਲ ਹੋ ਜੂ ਕਿ ਸੇਵਾ ਸਿੰਘ ਸੇਖਵਾ ਦਾ ਮਤਲਬ ਹੱਲ ਹੋ ਜੂ ਟਾੜੂ ਫੜ ਕੇ ਹੁਣ ਕਿਹੜਾ ਹੱਲ ਕਹੀਏ ਜੀ ਆਪਾਂ ਹੂੰ ਮੈਨੂੰ ਸੇਵਾ ਸਿੰਘ ਸੇਖਵਾ ਦੇ ਨਾਲ ਹਮਦਰਦੀ ਹੈ ਹਮਦਰਦੀ ਇਸੇ ਕਰਕੇ ਕਿ ਜਿਹੜੀ ਉਹਨੇ ਗੱਲ ਕਹੀ ਹੈ ਕਹਿੰਦਾ ਜੀ ਮੇਰਾ ਮੁੱਲ ਨਹੀਂ ਪਾਇਆ ਹੂੰ ਤਿੰਨ ਪੀੜੀਆਂ ਤੋਂ ਕਹਿੰਦੇ ਅਸੀਂ ਅਕਾਲੀ ਦਲ ਦੇ ਨਾਲ ਸੀ ਪਰ ਹੁਣ ਤਾਂ ਛੱਡ ਗਏ ਸੀ ਮੁੱਲ ਕੀ ਪੈਣਾ ਸੀ ਆਪਦੀ ਚਲੋ ਚਲੋ ਨਹੀਂ 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 ਤਿੰਨ ਪੀੜੀਆਂ ਤੋਂ ਅਕਾਲੀ ਦਲ ਦਾ ਸੀਗੇ ਨਾ ਹੂੰ ਹੂੰ ਅਕਾਲੀ ਦਲ ਦੇ ਨਾਲ ਸੀ ਜੀ ਕਹਿੰਦੇ ਮੇਰੇ ਬਾਪ ਵੀ ਅਕਾਲੀ ਦਲ ਨਾਲ ਹੁੰਦੇ ਅਕਾਲੀ ਦਲ ਦੇ ਕਹਿੰਦੇ ਜੀ ਇੱਕ ਵਾਰੀ ਉਹ ਐਕਟਿੰਗ ਪ੍ਰਧਾਨ ਵੀ ਬਣ ਗਏ ਜੀ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਸੀ ਹੂੰ ਹੂੰ ਉਹਦੇ ਪਿਤਾ ਸ਼੍ਰੀ ਸਰਦਾਰ ਉਜਾਗਰ ਸਿੰਘ ਸੇਖਵਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੇਰਾ ਖੇਲ ਮੰਤਰੀ ਰਹੇ ਜੀ ਸੇਵਾ ਸਿੰਘ ਸੇਖਵਾ ਹੋਗੇ ਜੀ ਦੋ ਵਾਰੀ ਮੰਤਰੀ ਇਹ ਰਹੇ ਹੂੰ ਹੂੰ ਇੱਕ ਵਾਰੀ ਇਹ ਲੋਕ ਸੰਪਰਕ ਵਿਭਾਗ ਦੇ ਮੰਤਰੀ ਸੀ ਮੰਤਰੀ ਸੀਗੇ ਫਿਰ ਇਹ ਬਣ ਗਏ ਸੀਗੇ ਤੁਹਾਡੇ ਸਿੱਖਿਆ ਮੰਤਰੀ ਹੂੰ ਹੂੰ ਆ ਜਿਹੜੇ ਆਪਣੇ ਸਿੱਖਿਆ ਸਕੱਤਰਾ ਕ੍ਰਿਸ਼ਨ ਚੰਦ ਜੀ ਜੀ ਇਹ ਜਿਹੜਾ ਜਿਹੜਾ ਇਹ ਚਲੇ ਗਏ ਸੀ ਦਿੱਲੀ ਡੈਪੂਟੇਸ਼ਨ ਤੇ ਤੇ ਮੁੜ ਕੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਚਲੇ ਗਏ ਸੀ ਇਹ ਸੇਵਾ ਸਿੰਘ ਸੇਖਵੰਦੀ ਕਿਰਪਾ ਨਾਲ ਹੀ ਗਏ ਸੀ ਜੀ ਕਿਉਂਕਿ ਇਹਦਾ ਉਹਦੇ ਨਾਮ ਕੋੜਾ ਪੈ ਗਿਆ ਸੀ ਤੇ ਬੰਦਾ ਛੱਡ ਕੇ ਚਲਾ ਗਿਆ ਸੀ ਫਿਰ ਦੀ 2017 ਦੀ ਚੋਣ ਵੀ ਉਹਨੇ ਲੜੀ ਹੂੰ ਹੂੰ 2017 ਦੀ ਚੋਣ ਉਹ ਜਿੱਤ ਨਹੀਂ ਸਕੇ ਜੀ ਉਹ ਤੋਂ ਬਾਅਦ ਫਿਰ ਸਾਰਾ ਠਿਕਰਾ ਭੰਤਾ ਜੀ ਕਹਿੰਦੇ ਕਿਉਂਕਿ ਇਹਦੀ ਜ਼ਿੰਮੇਵਾਰੀ ਬਾਦਲ ਪਰਿਵਾਰ 'ਤੇ ਰਹੀ ਜੀ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਪ੍ਰਧਾਨ ਕਿਉਂ ਮੜਾਤਾ ਹੂੰ ਹੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਬੇਅਦਬੀ ਦੇ ਮਾਮਲੇ 'ਚ ਜਿਹੜੇ ਗ੍ਰੈਬ ਭਾਕਸੀ ਜੀ ਬੇਅਦਬੀ ਦੇ ਮਾਮਲੇ 'ਚ ਗ੍ਰਿਫਤਾਰੀਆਂ ਨਹੀਂ ਹੋਈਆਂ ਜੀ ਇਨਸਾਫ ਨਹੀਂ ਮਿਲਗਾ ਤੇ ਇਹ ਦੀ ਚਾਰ ਬੰਦੇ ਛੱਡ ਕੇ ਬਾਹਰ ਆ ਗਏ ਸੀ ਹੂੰ ਹੂੰ ਚਾਰ ਕੇ ਬੰਦੇ ਨੇ ਛੱਡ ਕੇ ਬਾਹਰ ਆ ਕੇ ਆਪਣਾ ਟਕਸਾਲੀ ਅਕਾਲੀ ਦਲ ਬਣਾ ਲਿਆ ਜਦੋਂ ਟਕਸਾਲੀ ਅਕਾਲੀ ਦਲ ਬਣਾਇਆ ਹੁਣ ਦਾਨੇ ਵਾਲੀਏ ਸਾਹਿਬ ਯਾਦ ਕਰੋ ਤੁਸੀਂ ਉਹ ਟਾਈਮ ਯਾਦ ਕਰੋ ਇਹ ਕਿੱਥੇ ਗਏ ਸੀ ਇਹ ਗਏ ਸੀ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਹਿਬ ਜਾ ਕੇ ਇਹਨਾਂ ਨੇ ਕਸਮ ਪਾਈ ਸੀ ਹੂੰ ਹੂੰ ਇਹ ਆਪਾਂ ਨੂੰ ਕਸਮ ਦੀ ਗੱਲ ਕਹਿ ਦੇਣੀ ਆ ਕਸੇਂ ਪਾਈਸੀ ਟਕਸਾਲੀ ਅਕਾਲੀ ਨੇ ਜੀ ਦਰਬਾਰ ਸਾਹਿਬ ਦੇ ਸਾਹਮਣੇ ਕਿ ਅਸੀਂ ਜਿਹੜਾ ਹੈਗਾ ਜਿਹੜੇ ਸਾਡੇ ਗੁਰੂ ਅਸੂਲ ਅ ਸਿੱਖੀ ਦੇ ਅਸੂਲ ਸਿੱਖੀ ਦੇ ਅਸੂਲ ਪੰਥ ਕਸੂਲਾ ਅਕਾਲੀ ਦਲ ਪੰਥ ਜਿਹੜਾ ਅਸਲ ਅਕਾਲੀ ਦਲ ਅਸੀਂ ਇਹਦੇ ਵਾਸਤੇ ਦਿਨ ਰਾਤ ਕੰਮ ਕਰਾਂਗੇ ਤੇ ਅਸੀਂ ਇਕੱਠੇ ਰਹਾਂਗੇ ਹੂੰ ਹੂੰ ਲਓ ਜੀ ਪਹਿਲਾਂ ਤਾਂ ਡਾਕਟਰ ਰਤਨ ਸੋਚਨ ਵਾਲਾ ਕਰਗੇ ਸੀ ਜੀ ਤੇ ਫਿਰ ਜਿਹੜੇ ਹਾਲ ਕਿਤੇ ਨੇ ਇਹ ਵੀ ਕਰਕੇ ਸੀ ਇਹ ਵੀ ਛੱਡ ਕੇ ਢੀਂਸਾ ਸਾਹਿਬ ਨਾਲ ਚਲੇ ਗਏ ਸੀ ਹੂੰ ਹੂੰ ਅੱਜ ਕੱਲ ਇਹ ਢੀਂਸਾ ਸਾਹਿਬ ਨਾਲ ਹੈ ਜੀ ਤੇ ਹੁਣ ਜਿਹੜੇ ਹੈਗੇ ਇਹ ਢੀਂਡਸਾ ਸਾਹਿਬ ਨੂੰ ਛੱਡ ਕੇ ਤੇ ਕੱਲ ਆਮ ਆਦਮੀ ਪਾਰਟੀ ਚਲੇਗੇ ਆਮ ਆਦਮੀ ਪਾਰਟੀ ਚ ਜਾਣ ਦੀ ਗੱਲ ਵੀ ਦੇਖੋ ਕਿੰਦੀ ਵਧੀਆ ਕੀਤੀ ਐ ਕਹਿੰਦੇ ਜਦੋਂ ਪ੍ਰੈਸ ਨਾਲ ਗੱਲ ਕੀਤੀ ਕਹਿੰਦੇ ਜੀ ਮੇਰਾ ਪਤਾ ਲੈਣ ਵਾਸਤੇ ਆਏ ਸੀ ਕੇਜਰੀਵਾਲ ਸਾਹਿਬ ਪਤਾ ਲੈਣ ਆਏ ਮੈਨੂੰ ਨਾਲ ਲੈ ਗਏ ਦੇਖੋ 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 ਗੱਲ ਐ ਕਹਿੰਦੇ ਮੇਰਾ ਪਤਾ ਲੈਣ ਵਾਸਤੇ ਆਏ ਸੀ ਮੈਂ ਕਹਿੰਦੇ ਬਿਮਾਰ ਹੋ ਗਿਆ ਮੇਰੀ ਕਿਸੇ ਕਾਲੀ ਲੀਡਰ ਨੇ ਗੱਲ ਹੀ ਸੁਣੀ ਪਤਾ ਲੈਣ ਆਸਤੇ ਸੀ ਗਾਈ ਜੀ ਮੈਨੂੰ ਕਿਸੇ ਨੂੰ ਮੇਰੀ ਗੱਲ ਹੀ ਨਹੀਂ ਸੁਣੀ ਇਹ ਪਤਾ ਲੈਣਾਗੇ ਆਪਦੀ ਇੱਜ਼ਤ ਘਟਾਉਣ ਵਾਲੀ ਗੱਲ ਹੈ ਮੈਂ ਮੈਂ ਕਹਿੰਦੇ ਜੀ ਫਿਰ ਜੋ ਪਤਾ ਲੈਣਗੇ ਕਹਿੰਦੇ ਸਾਨੂੰ ਥੋੜੀ ਲੋੜ ਹੈ ਤੇ ਮੈਂ ਇਨਾ ਪ੍ਰਭਾਵਿਤ ਹੋ ਗਿਆ ਵੀ ਲੋ ਭਾਈ ਮੈਂ ਫਿਰ ਅੱਜ ਤੋਂ ਬਾਅਦ ਤੁਹਾਡੇ ਨਾਲ ਹੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਪੱਤਰਕਾਰਾਂ ਨੇ ਫਿਰ ਪੁੱਛ ਲਿਆ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਜਿਹੜੀ ਉਹ ਦਰਬਾਰ ਸਾਹਿਬ ਦੇ ਵਿੱਚ ਕਸਮ ਪਾ ਕੇ ਆਏ ਸੀ ਪ੍ਰਤੀਗਿਆ ਕੀਤੀ ਸੀ ਅਹਿਦ ਕੀਤਾ ਸੀ ਪਰਨ ਲਿਆ ਸੀ ਉਹਦਾ ਕੀ ਬਣਿਆ ਗੱਲ ਸੁਣੋ ਕਹਿੰਦੇ ਅੱਜ ਹੀ ਮੇਰਾ ਪਤਾ ਲੈਣਾ ਹੈ ਬਿਮਾਰ ਬੰਦੇ ਦਾ ਅੱਜ ਮੈਂ ਕੋਈ ਸਿਆਸੀ ਗੱਲ ਨਹੀਂ ਕਰਨੀ ਹੂੰ ਉਹ ਆਪਾਂ ਗੱਲਬਾਤਾਂ ਫਿਰ ਕਰਾਂਗੇ ਤੇ 5 ਮਿੰਟ ਪਹਿਲਾਂ ਜਿਹੜਾ ਉਹਦੇ ਗੱਲ ਤੋਂ ਉਹਦੇ ਆਪਦੇ ਚ ਗਲਤੀ ਸੁਲਾ ਪਵਾ ਗਿਆ ਸੀ ਉਹ ਗੈਰ ਸੇ ਸੀ ਹੂੰ ਹੂੰ ਹੁਣ ਇਹਦੇ ਤੇ ਫਿਰ ਰਾਜਨੀਤੀ ਹੋਣ ਲੱਗੀ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦਾ ਅੱਜ ਕੰਧਾਂ ਨਾਲ ਵਜਦੇ ਫਿਰਦੇ ਸੀ ਤੇ ਲੋ ਉਹਨਾਂ ਨੂੰ ਕੋਈ ਥਾਂ ਮਿਲ ਗਿਆ ਪਰ ਜਿਹੜੀ ਗੱਲ ਬਿਰਸਾ ਸਿੰਘ ਬਲਟੋਆ ਕਹਿੰਦਾ ਉਹਨਾਂ ਦੇ ਮਾਸ ਰੈਲਾਤਾ ਉਹ ਕਹਿੰਦਾ ਜੀ ਕੌਣ ਕਹਿੰਦਾ ਪਤਾ ਨਹੀਂ ਲੈਂਦੇ ਰੋਜ਼ ਤਾਂ ਲੈਂਦੇ ਸੀ ਹੂੰ ਟੈਲੀਫੋਨ ਤੇ ਗੱਲ ਕਰਦੇ ਸਾਡੇ ਨਾਲ ਤਾਂ ਪੱਕੀ ਗੱਲ ਚਲੀ ਜਾਂਦੀ ਸੀ ਹੂੰ 22 ਤਾਰੀਖ ਤੱਕ ਤਾਂ ਸਾਡੇ ਨਾਲ ਗੱਲ ਚਲੀ ਜਾਂਦੀ ਸੀ ਵੀ ਜੀ ਕਾਲੀ ਦਲ ਜੁਆਇਨ ਕਰਨ ਨੇ ਇਹਨਾਂ ਨੇ ਦੁਬਾਰਾ ਫਿਰ ਹੂੰ ਹੂੰ ਅਸੀਂ ਕਹਿੰਦੇ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਜੀ ਹੁਣ ਤੁਸੀਂ ਦੋ ਵਾਰੀ ਲਗਾਤਾਰ ਹਾਰ ਗਏ ਹੋ ਹੂੰ ਤੁਹਾਡੀ ਪਹੁੰਚ ਨਹੀਂ ਤੁਸੀਂ ਹੁਣ ਰਹਿਣ ਦਿਓ ਤੁਸੀਂ ਜਿੱਤ ਨਹੀਂ ਸਕਦੇ ਤੁਹਾਨੂੰ ਅਸੀਂ ਚੇਅਰਮੈਨ ਵਗੈਰਾ ਬਣਾ ਦੇਗੇ ਅਜੇ ਚੇਅਰਮੈਨ ਕਾਦਾ ਬਣਾਉਣਾ ਸੀ ਸਰਕਾਰ ਬਣਨੀ ਹੈ ਨਹੀਂ ਬਣਨੀ ਕੀ ਉਹ ਬਾਦੀਆਂ ਗੱਲਾਂ ਹਾਂ ਉਦੋਂ ਬਾਅਦ ਹੀ ਕਹਿੰਦੇ ਪਤਾ ਲੱਗਿਆ ਹੁਣ ਤਾਂ ਕਹਿੰਦੇ ਮੈਂ ਇੱਕ ਤੜਕੇ ਅੱਜ ਸੁਣੀ ਜਾਂਦਾ ਸੀ ਕਿ ਕ੍ਰਿਡਾ ਦੇ ਕਹਿੰਦੇ ਜੀ ਹੁਣ ਤਾਂ ਡਰਿਆ ਕਰਨਗੇ ਹੂੰ ਕਹਿੰਦੇ ਕੀ ਕਹਿੰਦੇ ਜੇ ਕੋਈ ਬਿਮਾਰ ਹੋ ਜਾ ਕਰੂਗਾ ਸੱਚੀ ਮਿੱੱਚੀ ਤੇ ਉਹ ਬਾਹਰ ਚਾ ਕੇ ਖੜਾ ਕਰੂਗਾ ਲੈ ਕਿ ਆਸਰਾ ਲੈ ਲੈ ਕਿ ਕਿਤੇ ਕੇਜਰੀਵਾਲ ਨਾ ਕਰੇ ਆ ਜੀ ਪਤਾ ਲੈਣ ਵਾਸਤੇ ਤੇ ਪਤਾ ਲੈਣਾ ਹੈ ਨਾਲ ਹੀ ਲੈਣੀ ਨਾਲ ਹੀ ਨਾਲ ਨਹੀਂ ਇਸ ਕਰਕੇ ਮਤਲਬ ਪਤਾ ਲੈਣ ਵਾਸਤੇ ਆਏ ਸੀ ਜੀ ਕੇਜਰੀਵਾਲ ਲੈਗੇ ਤੇ ਨਾਲ ਕੇਜਰੀਵਾਲ ਨੇ ਕਹਿੰਦਾ ਕਿ ਸਾਡੇ ਮਾਰਗਦਰਸ਼ਕ ਹੋਣਗੇ ਹੂੰ ਹੂੰ ਮਤਲਬ ਲੈਣਾ ਦੇ ਨਾਲ ਕੱਖ ਨਹੀਂ ਲੈਣਾ ਦੇ ਨਾਲ ਕੱਖ ਨਹੀਂ ਮਾਰਗ ਲਾਵਾਂਗੇ ਮਾਰਗ ਲੈਣਗੇ ਉਹ ਮਾਰਗਦਰਸ਼ਕ ਹੋਣਗੇ ਪਰ ਮੇਰੇ ਖਿਆਲ ਮੁਤਾਬਕ ਉਹਦੀ ਕੋਸ਼ਿਸ਼ ਹੀ ਹੋਣੀ ਹੈ ਕਿ ਮੁੰਡੇ ਨੂੰ ਟਿਕਟ ਮਿਲ ਜੇ ਹੂੰ ਗੱਡੀਆਂ ਤੋਂ ਉਹਦਾ ਕਰੀ ਜਾਂਦੇ ਸੀ ਲੋਕ ਇਸ਼ਾਰਾ हां ਹਾਂਜੀ ਹਾਂਜੀ ਤੇ ਕਾਬਲ ਦੀ ਸਥਿਤੀ ਬੜੀ ਨਾਜ਼ੁਕ ਆ ਜੀ ਜਿਹੜੀ ਉੱਥੋਂ ਐਮਪੀ ਆਈ ਵਿਚਾਰੀ ਉਹਨੇ ਅੱਜ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਹਿੰਦੀ ਸਾਡੇ ਨਾਲ ਤਾਂ ਇੰਡੀਅਨ ਇੱਥੇ ਤਾਂ ਕਹਿੰਦੇ ਬੜਾ ਬੀਜੇਪੀ ਦੇ ਕਈ ਬੰਦੇ ਲੱਗੇ ਖੜੇ ਜੀ ਬੜਾ ਸੀ ਇੱਜ਼ਤਮਾਨ ਨਾਲ ਉਹਨਾਂ ਨੂੰ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਮੋਦੀ ਸਾਹਿਬ ਲੈ ਕੇ ਆਏ ਪਰ ਉਹ ਕਹਿੰਦੀ ਸਾਡੇ ਨਾਲ ਇਹੋ ਜਿਹਾ ਵਿਵਹਾਰ ਕੀਤਾ ਜਿਵੇਂ ਕਹਿੰਦੇ ਕ੍ਰਿਮੀਨਲਸ ਨਾਲ ਵਿਵਹਾਰ ਕੀਤਾ ਹੁੰਦਾ ਇਮੀਗ੍ਰੇਸ਼ਨ ਵਾਲਿਆਂ ਨੇ ਬਿਲਕੁਲ ਜੀ ਫਿਰ ਇਮੀਗ੍ਰੇਸ਼ਨ ਵਾਲੇ ਤਾਂ ਸਾਡੇ ਭਾਰਤੀ ਆ ਨਾ ਕਾਇਨੂ ਨ ਉਸ ਨੂੰ ਨੁਕਤਾ ਦਾ ਬੜਾ ਇਜਤਿਮਾਨ ਕਰਦੇ ਆ ਵੈਸੇ ਜਿਹੜੇ ਮੈਂਬਰ ਪਾਰਲੀਮੈਂਟ ਆਏ ਸੀ ਉਹ ਆਪਣੇ ਸੀ ਆਪਣੇ ਮਤਲਬ ਕੋਈ ਸਿੱਖ ਜਾਂ ਹਿੰਦੂ ਜਾਂ ਕੋਈ ਉਹ ਜੀ ਜਾਂ ਆਪਣੇ ਤੁਹਾਡੇ ਅਫਗਾਨੀ ਸੀਗੀ ਇਹ ਨਹੀਂ ਆਪਾਂ ਨੂੰ ਪਤਾ ਇਸ ਕੱਲ ਦਾ ਪਰ ਕੋਈ ਵੀ ਹੋਵੇ ਬੰਦਾ ਜੀ ਕੋਈ ਆਉਂਦਾ ਤਾਂ ਉਹਦਾ ਇਜਤਿਮਾਨ ਹੋਣਾ ਚਾਹੀਦਾ ਜੀ ਇਜਤਿਮਾਨ ਨਾ ਹੋਵੇ ਘਟੋ ਘਟ ਜਿਹੜੇ ਬੰਦੇ ਮੁਸੀਬਤ ਦੇ ਮਾਰੇ ਆਏ ਨੇ ਪਾਣੀ ਧਾਣੀ ਤਾਂ ਪੁੱਛ ਲੋ ਉਹ ਉਹਨਾਂ ਦੀ ਹਾਲਤ ਕਿੰਨੀ ਮਾੜੀ ਹੈ ਜੇ ਤੁਸੀਂ ਉਹਨਾਂ ਨੂੰ ਕਰਦੇ ਅੱਜ ਮੈਨੂੰ ਸਵੇਰੇ ਵੀ ਪਤਾ ਲੱਗਾ ਸੀ ਕਹਿੰਦੇ ਇੱਕ ਪਾਰਲੀਮੈਂਟ ਦੇ ਮੈਂਬਰ ਨੂੰ ਤਾਂ 7-8 ਘੰਟੇ ਬਹਾ ਕੇ ਰੱਖਿਆ। ਅੱਛਾ ਹੀ। ਪਾਸਪੋਰਟ ਵਗੈਰਾ ਲੈ ਲਿਆ। ਭੱਜ ਕੇ ਉਹ ਵੀ ਐਸਸੀ ਦੇ ਮੁੜਕੇ ਉਹਨੂੰ ਕਹਿੰਦੇ ਵੀ ਉਵੇਂ ਜਿਵੇਂ ਹੱਥ ਛੜਾਤਾ ਦਬਈ ਨੂੰ ਤੋਰਤਾ। ਅੱਛਾ ਬਾਹਰ। ਉਹਨੂੰ ਵਾਪਸ ਮੋੜਤਾ ਵੀ ਤੁਸੀਂ ਜਾਂਦੇ ਰਹੋ। ਉਹਨੇ ਮੇਰਾ ਖਿਆਲ ਜਾਂਦਾ ਤਾਲ ਬਣਾ ਤੇ ਡਰਦੇ ਸਾਡੇ ਵਾਲੀ। ਪਤਾ ਨਹੀਂ ਕੀ ਐ ਵੈਸੇ ਕੁੱਲ ਮਲਾ ਕੇ ਕੱਲ੍ਹ ਆਲੇ ਪਾਰਟੀ ਮੀਟਿੰਗ ਵੀ ਕੀਤੀ ਸੀ। ਅੱਛਾ ਹੀ। ਉਹਦੇ ਵਿੱਚ ਜੈ ਸ਼ੰਕਰ ਸੀ ਸਾਡੇ ਵਿਦੇਸ਼ ਮੰਤਰੀ। ਹੂੰ ਹੂੰ। ਉਹਦੇ ਵਿੱਚ ਪਿਊਸ਼ ਗੋਲ ਵੀ ਸੀਗੇ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ। ਹੂੰ ਹੂੰ। ਇੱਕ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਜਿਹ ਹੂੰ ਆਪੋਜੀਸ਼ਨ ਨੂੰ ਕਹਿੰਦੇ ਜੀ ਹਾਲਾਤ ਬੜੇ ਮਾੜੇ ਆ ਅੱਛਾ ਜੀ ਪਰ ਸਾਡੀ ਪ੍ਰਮੁਖਤਾ ਹੈ ਕਿ ਜਿਹੜੇ ਭਾਰਤੀ ਉੱਥੇ ਫਸੇ ਆ ਸੀ ਉਹਨਾਂ ਨੂੰ ਕੱਢ ਲਈਏ ਹੂੰ ਹੂੰ ਇਹ ਤੋਂ ਪਹਿਲਾਂ ਵੀ ਭਾਰਤੀ ਕੁਝ ਕੱਢੇ ਆ ਜੀ ਜੀ ਦੇ ਵਿੱਚ ਐਂਬੈਸੀ ਦਾ ਸਟਾਫ ਸੀ ਹੂੰ ਹੂੰ ਈਵਨ ਐਂਬੈਸੀ ਨੂੰ ਜਿਹੜੇ ਸਟਾਫ ਨੂੰ ਪ੍ਰੋਟੈਕਟ ਕਰਨ ਵਾਲੇ ਸਿਕਿਉਰਿਟੀ ਗਾਰਡ ਸੀ ਉਹ ਵੀ ਆ ਗਏ ਸੀ ਜੀ ਪਰ ਅਜੇ ਵੀ ਕਾਫੀ ਕੁਝ ਆਪਣਾ ਉੱਥੇ ਬੈਠੇ ਆ ਲੋਕ ਕਾਫੀ ਬੈਠੇ ਲੇਕਿਨ ਕੱਲ ਇੱਕ ਮਨਦਭਾਵnik ਪੰਕੀ ਘਟਨਾ ਹੋਰ ਹੋ ਗਈ ਹੂੰ ਹੂੰ ਕੱਲ ਸ਼ਾਮੀ ਉਪਰੋਥਲੀ ਜੀ ਦੋ ਉੱਥੇ ਫਦਾਇਨ ਹਮਲੇ ਹੋਏ ਹੂੰ ਹੂੰ ਉਹਨਾਂ ਫਜ਼ਾਈਨ ਹਮਲਿਆਂ 'ਚ ਡੈਨੀਅਲ ਗਿਆ ਸਾਬ 108 ਬੰਦੇ ਮਰ ਗਏ ਬਹੁਤ ਮਾੜਾ ਕੰਮ ਹੈ ਔਰ ਜ਼ਖਮੀ ਕਿੰਨੇ ਹੈ ਹੂੰ ਜ਼ਖਮੀ ਜੇ ਤੁਸੀਂ ਗਿਣਤੀ ਦੇਖੋ ਤਾਂ ਜ਼ਖਮੀ ਹੈਗੇ ਜੀ 1338 ਹੂੰ ਹੂੰ ਮਰਨ ਵਾਲੇ ਜਿਹੜੇ ਹੈਗੇ 108 ਦੇ ਵਿੱਚੋਂ 13 ਤਾਂ ਹੈਗੇ ਅਮਰੀਕੀ ਸੈਨਿਕ ਜੀ ਔਰ 95 ਜਿਹੜੇ ਹੈਗੇ ਅਫਗਾਨ ਹੂੰ ਹੂੰ ਕਹਿੰਦੇ ਵੀ ਇਸ ਤਾਲਬਾਨਾਂ ਦਾ ਵੀ ਨੁਕਸਾਨ ਹੋਇਆ ਜੀ ਤੇ ਜਿਹੜਾ ਇਹ ਬੰਬ ਧਮਾਕਾ ਕੀਤਾ ਹੈ ਜਿਹੜੇ ਫਜ਼ਾਈਨ ਹਮਲੇ ਕੀਤੇ ਇਹਦੀ ਜ਼ਿੰਮੇਵਾਰੀ ਲਈ ਹੈ ਜੀ ਆਈਐਸ ਆਈਐਸ ਖੁਰਾਸਾਨ ਗਰੁੱਪ ਨੇ ਅੱਛਾ ਈ ਇੱਕ ਖੁਰਾਸਾਨ ਗਰੁੱਪ ਦਾ ਜਿਹੜਾ ਕਹਿੰਦੇ ਹੈੱਡ ਹੈ ਹੂੰ ਹੂੰ ਉਹ ਪਾਕਿਸਤਾਨੀ ਹੈ ਜੀ ਔਰ ਹਕਾਨੀ ਗਰੁੱਪ ਦੇ ਨਾਲ ਵੀ ਇਹਨਾਂ ਦਾ ਲੈਣ ਦੇਣ ਹੈ ਹੂੰ ਤੇ ਇਹਦੇ ਤੇ ਹੁਣ ਜਿਹੜੀ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ ਅੱਛਾ ਈ ਉਹ ਬਵਾਲ ਇਹ ਖੜਾ ਹੋਇਆ ਕਿ ਅਮਰੀਕਾ ਦੇ ਵਿੱਚ ਇਹਦੇ ਤੇ ਕਾਫੀ ਬਾਈਡਨ ਸਾਹਿਬ ਦੀ ਨੁਕਤਾਚੀ ਨਹੀਂ ਹੋਣ ਲੱਗੀ ਹੂੰ ਹੂੰ ਜਿੱਥੇ ਆਮ ਲੋਕ ਇਸ ਗੱਲ ਦੇ ਉੱਤੇ ਹੈ ਵੀ ਸਾਡੀ ਸਾਡੇ ਨਾਲ ਮਾੜਾ ਹੁੰਦਾ ਹੈ ਉੱਥੇ 트럼ਪ ਦੀ ਪਾਰਟੀ ਨੇ ਕਿਹਾ ਕਿ ਵਾਈਡਨ ਸਾਹਿਬ ਦੇ ਹੱਥ ਹੈ ਜਿਹੜੇ ਖੂਨ ਨਾਲ ਰੰਗੇ ਹੋਏ। ਅੱਛਾ ਜੀ। ਜੇ 트럼ਪ ਦੀ ਪਾਰਟੀ ਇਹ ਗੱਲ ਕਹਿੰਦੀ ਹੈ ਤਾਂ ਨਾਲ ਹੀ ਵਾਈਡਨ ਸਾਹਿਬ ਨੇ ਕਿਹਾ ਹੈ ਕਿ ਜੀ ਅਸੀਂ ਸ਼ਨਾਖਤ ਕਰ ਰਹੇ ਹਾਂ। ਕੱਲੇ-ਕੱਲੇ ਬੰਦੇ ਦੀ ਤੇ ਕਿਸੇ ਵੀ ਹਮਲਾਵਰ ਨੂੰ ਛੱਡਾਂਗੇ ਨਹੀਂ। ਹੂੰ ਹੂੰ। ਕੱਲੇ-ਕੱਲੇ ਨੂੰ ਅਸੀਂ ਜਿਹੜਾ ਹੈਗਾ ਉਹ ਮਾਰ ਦਿਆਂਗੇ। ਬ੍ਰਿਟਨ ਨੇ ਵੀ ਕੱਲ ਆਪਣਾ ਜਿਹੜਾ ਹੈ ਐਵੇਕਿਊਏਸ਼ਨ ਦਾ ਕੰਮ ਖਤਮ ਕਰਤਾ ਸੀ, ਬੰਦ ਕਰਤਾ ਸੀ। ਅਮਰੀਕਾ ਨੇ ਵੀ ਕਰਤਾ ਸੀ ਲੇਕਿਨ 30 ਘੰਟਿਆਂ ਬਾਅਦ ਦੁਬਾਰਾ ਫਿਰ ਉਹਨੇ ਆਪਣਾ ਕੰਮ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਹੈ ਚਲਾ ਲਿਆ ਫਿਰ ਕੰਮ ਕਰ ਦਿੱਤੀ 3 ਘੰਟੇ 18 ਘੰਟੇ ਬਾਅਦ ਉਹਨੇ ਆਪਣਾ ਕੰਮ ਫੇਰ ਚਲਾ ਲਿਆ ਲੋਕਾਂ ਨੂੰ ਕੱਢਣਾ ਵਗੈਰਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਜਿਹੜੇ ਮਿਸਟਰ ਸੁਲਾਏ ਜੀ ਉਹਨਾਂ ਦੇ ਉਪ ਰਾਸ਼ਟਰਪਤੀ ਹੁੰਦੇ ਸੀ ਉਹਨੂੰ ਆਪਣੇ ਆਪ ਨੂੰ ਐਕਟਿੰਗ ਰਾਸ਼ਟਰਪਤੀ ਕਹਿੰਦੇ ਹੂੰ ਹੂੰ ਉਹਨਾਂ ਨੇ ਵੀ ਜਿਹੜੀ ਹੈਗੀ ਆ ਆਈਐਸਆਈਐਸ ਖੁਰਾਸਾਨ ਗਰੁੱਪ ਨੇ ਤੇਲ ਦੀਆਂ ਆਮਲਾ ਹੁਣ ਦਾਨੀ ਵਾਲਿਆ ਸਾਹਿਬ ਸੋਚਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਨੇ ਖਾਲੀ ਥਾਂ ਅਫਗਾਨਿਸਤਾਨ ਕਰਤਾ ਪਰ ਉਹਦੇ ਸੀ ਕੰਟਰੋਲ ਕੀਤਾ ਹੂੰ ਅਜੇ ਤੱਕ ਕੋਈ ਪਰਸਾਰ ਮੰਦੀ ਨਹੀਂ ਪਰਨਰ ਮਕੁਚੂ ਨਹੀਂ ਕੁਝ ਵੀ ਨਹੀਂ ਕੋਈ ਗੱਲ ਵੀ ਹੁਣ ਇੰਨਾ ਹਾਲਾਤਾਂ ਦੇ ਵਿੱਚ ਕੀ ਹੋਊਗਾ ਉਹਦੀ ਕਰੰਸੀ ਕਿਨੇ ਲੈਣੀ ਇਹ ਵੀ ਕੋਈ ਪਤਾ ਨਹੀਂ ਕਰੰਸੀ ਦੀ ਵੈਲਿਊ ਕੀ ਜਿਹੜੀ ਕਰੰਸੀ ਲੈਣੀ ਜੀ ਕਹਿੰਦੇ ਉੱਥੇ ਹਾਲਤਾਂ ਨਹੀਂ ਮਾੜੀ ਐ ਕਿ ਜਿਹੜੇ ਨਿੱਕੇ ਮੋਟੇ ਉੱਥੇ ਜਿਹੜੀਆਂ ਦੁਕਾਨਾਂ ਸੁਕੁੰਨਾ ਲੋਕਾਂ ਨੇ ਪਾਣੀ ਪੀਣਾ ਕਿਸੇ ਨੇ ਕੋਈ ਚਾਹ ਪੀਣੀ ਕੀ ਹੈ ਉਹ ਕਹਿੰਦੇ ਹੁਣ ਉੱਥੇ ਕਰੰਸੀ ਖਤਮ ਕਰਤੀ ਅਫਗਾਨਿਸਤਾਨ ਦੀ ਹੂੰ ਕਹਿੰਦੇ ਜੀ ਅਮਰੀਕੀ ਡਾਲਰਾਂ ਚ ਪੈਸੇ ਲਵਾਂਗੇ ਡਾਲਰਾਂ ਚ ਪੈਸੇ ਲੈਂਦੇ ਤੇ ਕਈ ਕਈ ਹਜ਼ਾਰ ਰੁਪਏ ਦਾ ਉੱਥੇ ਪਾਣੀ ਦੀ ਬੋਤਲ ਮਿਲਦੀ ਐ ਦੱਸੋ ਸਥਿਤੀ ਬਹੁਤ ਮਾੜੀ ਆ ਔਰ ਇਹਦੇ ਵਿੱਚ ਮੈਂ ਸਮਝਦਾ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਅਮਰੀਕਾ ਦੀ ਹੈ ਹੂੰ ਹੂੰ 20 ਸਾਲਾਂ ਬਾਅਦ ਅਮਰੀਕਾ ਖਾਲੀ ਕਰਕੇ ਉਹਨੂੰ ਥੁਰਹਿ ਬੈ ਔਰ ਫੈਕਸ਼ਨਿਜ਼ ਨੇ ਬੜੀ ਇਸ ਚੀਜ਼ ਦੇ ਉੱਤੇ ਬਹੁਤ ਡਿਟੇਲਡ ਰਿਪੋਰਟ ਚੀਤੀ ਆ ਉੱਥੇ ਵੀ ਇਹ ਛੱਡਣਾ ਕੈਰਤਾ ਤੋਂ ਵੱਡਾ ਕੰਮ ਨਹੀਂ ਵੀ ਉੱਥੇ ਲੋਕਾਂ ਨੂੰ ਤੁਸੀਂ ਆਪਦੇ ਅਮਰੀਕਨਸ ਨੂੰ ਹੀ ਛੱਡਿਆ ਇਹ ਕਹਿੰਦੇ ਉਹਨਾਂ ਨੇ ਪਰਿਵਾਰਾਂ ਨੂੰ ਹੀ ਛੱਡੇ ਉਹਨਾਂ ਦੀ ਨਹੀਂ ਨਹੀਂ ਤੁਸੀਂ ਦੇਖੋ ਕਿ ਅਮਰੀਕਾ ਵਾਲੇ ਨੇ ਹੁਣ ਜਦ ਬਾਇਡਨ ਸਾਹਿਬ ਕਹਿੰਦੇ ਕਹਿੰਦੇ ਜੀ ਅਸੀਂ ਜਿਹੜੇ ਹੈਗੇ ਮਿੱਤਰ ਦੇਸ਼ਾਂ ਨੂੰ ਵੀ ਉਹ ਟੈਕਨੀਕ ਨਹੀਂ ਦਿੱਤੀ ਜਿਹੜੀ ਅਫਗਾਨਿਸਤਾਨ ਦੀ ਫੌਜ ਨੂੰ ਟੈਕਨੀਕ ਦਿੱਤੀ ਸੀ ਹੂੰ ਹੂੰ ਪਰ ਕਹਿੰਦੇ ਬਗੈਰ ਲੜਾਂ ਤੋਂ ਹੀ ਹਾਰ ਸੁੱਟ ਤੇ ਹੂੰ ਹੂੰ ਬਗੈਰ ਲੜਾਂ ਤੋਂ ਹੀ ਹਾਰ ਸੁੱਟਵਾਏ ਆ ਤੁਸੀਂ ਜੀ ਜੀ ਕਿਉਂਕਿ ਤੁਸੀਂ ਅਮਰੀਕਾ ਦੀ ਸਰਕਾਰ ਨੂੰ ਤੈਨੂੰ ਉਹ ਆਪਣੀ ਤੁਹਾਡੀ ਨੂੰ ਅਫਗਾਨਿਸਤਾਨ ਦੀ ਸਰਕਾਰ ਨੂੰ ਹੂੰ ਹੂੰ ਜਿਹੜੇ ਮਿਸਟਰ ਗਣੀ ਸੀ ਜੀ ਜੀ ਗਣੀ ਹੋਰਾਂ ਨੂੰ ਤਾਂ ਤੁਸੀਂ ਇਨਵੋਲ ਵੀ ਨਹੀਂ ਕੀਤਾ ਹੂੰ ਹੂੰ ਤਾਲਬਾਨ ਦੇ ਨਾਲ ਜੇ ਗੱਲਬਾਤ ਚੱਲਦੀ ਤਾਂ ਤੁਹਾਡੀ ਚੱਲਦੀ ਜੀ ਕਦਰ ਦੇ ਵਿੱਚ ਜਿਹੜੀ ਗੱਲਬਾਤ ਚੱਲੀ ਆ ਉਹਦੇ ਵਿੱਚ 31 ਅਗਸਤ ਦੀ ਡੇਟ ਰੱਖੀ ਐ ਤੁਸੀਂ ਰੱਖੀ ਐ ਹੂੰ ਹੂੰ ਤੁਸੀਂ ਇਹ ਸਾਰਾ ਕੁਝ ਉਹਨਾਂ ਨੂੰ ਕਹਿੰਦੇ ਤੁਹਾਡੇ ਅਸੀਂ ਹਵਾਲੇ ਕਰਦੇ ਆਂਗੇ ਜੇ ਤੂੰ ਤੁਸੀਂ ਹਵਾਲੇ ਕਰਤਾ ਤੁਸੀਂ ਤਾਂ ਆਪ ਉਹਨਾਂ ਨੂੰ ਭਜਨ ਜੋ ਕੋਈ ਕਰਤਾ ਜੀ ਉਹ ਖੜਨਦਾ ਫਿਰ ਖੜਨ ਕਿਵੇਂ ਦੂਜੇ ਜਿਹੜੇ ਕਰਜ਼ਈ ਸਾਹਿਬ ਐ ਹੂੰ ਹੂੰ ਉਹਨਾਂ ਨੂੰ ਵੀ ਕਹਿੰਦੇ ਨਜ਼ਰਬੰਦ ਕਰਤਾ ਘਰ ਚ ਅੱਛਾ ਕਿੰਨੇ ਬੰਦੇ ਨਜ਼ਰਬੰਦ ਕੀ ਹਾਲਤ ਬਹੁਤ ਮਾੜੀ ਐ ਤੁੰਗੀ ਔਰ ਇਹਨੂੰ ਹਾਲਤ ਨੂੰ ਕੰਟਰੋਲ ਕਰਨ ਵਾਲੇ ਪਾਸੇ ਨੂੰ ਪੈਣਾ ਚਾਹੀਦਾ ਸਾਡੀ ਹੁਣ ਪਾਕਿਸਤਾਨ ਬਾਰੇ ਉਹਨਾਂ ਨੇ ਕਹਿੰਤਾ ਤਾਲਵਾਨ ਨੇ ਕਹਿੰਤਾ ਪਾਕਿਸਤਾਨ ਸਾਰਾ ਦੂਜਾ ਘਰ ਇਦਾਂ ਮਤਲਬ ਜਿੰਨੇ ਇੱਕ ਸਾਢੇ ਬੰਦੇ ਫਸੇ ਹੈ ਜਾਂ ਅਮਰੀਕਨ ਫਸੇ ਜਾਂ ਕੋਈ ਵੀ ਬੰਦੇ ਫਸੇ ਅਮਰੀਕਾ ਦੀ ਸਰਕਾਰ ਹੈ ਭਾਰਤ ਦੀ ਸਰਕਾਰ ਹੈ ਇਹ ਪਾਕਿਸਤਾਨ ਦੀ ਸਰਕਾਰ ਤੇ ਪ੍ਰੈਸ਼ਰ ਬਿਲਡ ਕਰੇ ਹੂੰ ਹੂੰ ਕਿ ਭਾਈ ਤੁਸੀਂ ਆਪਣਾ ਅਸਰ ਸੂਖ ਵਰਤ ਕੇ ਤੁਸੀਂ ਅਹ ਜਿਹੜਾ ਪਾਕਿਸਤਾਨ ਦੇ ਰਹੇ ਉਹਨਾਂ ਨੂੰ ਕੱਢੋ ਪਰ ਇਹ ਦੱਸਦੇ ਕਿ ਜਿਹੜੇ ਅਫਗਾਨਿਸਤਾਨ ਦੇ ਆਪ ਦੇ ਲੋਕ ਹੈ ਜੀ ਉਹ ਅਫਗਾਨਿਸਤਾਨ ਚ ਰਹਿਣ ਨੂੰ ਤਿਆਰ ਨਹੀਂ ਉਹ ਸਾਰੇ ਹੁਣ ਕਹਿੰਦੇ ਇੰਡੀਆ ਵੀ ਨਹੀਂ ਆ ਰਹੇ ਹੁਣ ਕੈਨੇਡਾ ਦੀਆਂ ਨੀਤੀਆਂ ਦੇ ਅੱਜ ਖਾਲੀ ਆ ਰਹੇ ਕੈਨੇਡਾ ਨੂੰ ਕਹਿੰਦੇ ਸਾਨੂੰ ਕੱਢੋ ਉਧਰ ਨੂੰ ਚਲੋ ਅਗਲਾ ਤਕੀਰਾਂ ਤੋਂ ਜਾਂਦੇ ਨੇ ਕੈਨੇਡਾ ਨੂੰ ਪਹੁੰਚੋ ਪਾਕਿਸਤਾਨ ਵਾਲੇ ਬਾਰਡਰ ਦੇ ਉੱਤੇ ਵੀ ਹਜ਼ਾਰਾਂ ਦੀ ਤਦਾਦ ਚ ਲੋਕ ਖੜੇ ਹੈ ਜੀ ਜੀ ਵੀ ਸਾਨੂੰ ਇਧਰ ਹੀ ਪਾਕਿਸਤਾਨ ਚ ਹੀ ਵੱਢ ਗਈ ਇਹਦੇ ਚ ਵੀ ਗੱਲ ਆ ਰਹੀ ਹੈ ਜਿਵੇਂ ਹੁਣ ਸਾਡੇ ਕੁਝ ਬਹੁਤ ਸਾਰੇ ਲੋਕੋ ਅੱਜ ਸਵੇਰੇ ਮੇਰੀ ਗੱਲ ਹੋਈ ਸੀ ਕਿ ਕੈਨੇਡਾ ਉਹ ਕਹਿੰਦੇ ਵੀ ਜਿਹੜਾ ਸਾਡਾ ਭਾਈਚਾਰਾ ਹੈ ਹੂੰ ਹੂੰ ਇਹ ਭਾਈਚਾਰਾ ਜਿਹੜੀ ਸਪਾਂਸਰਸ਼ਿਪ ਦੇਣੀ ਸ਼ੁਰੂ ਕਰੇ ਹੂੰ ਹੂੰ ਚਾਰ ਚਾਰ ਪੰਜ ਪੰਜ ਬੰਦੇ ਇੱਕ ਇੱਕ ਪਰਿਵਾਰ ਨੂੰ ਸਪਾਂਸਰਸ਼ਿਪ ਦੇਣੀ ਸ਼ੁਰੂ ਕਰਦੇ ਨੇ ਉਹ ਆ ਜਾਣ ਨਾਲ ਅਗਲੀ ਗੱਲ ਉਹ ਕਹਿੰਦੇ ਕਿੰਨੇ ਪਰਿਵਾਰ ਦਾ 100 ਨੂੰ 100 ਐਡੀ ਕਿੱਡੀ ਗੱਲ ਹੈ ਸੰਭਾਲਨੇ ਹੁਣ ਤਾਂ ਜ ਹਾਂ ਕੁਝ ਕੁਝ ਵੀ ਨਹੀਂ ਕੋਈ ਐਡੀ ਗੱਲ ਹੀ ਨਹੀਂ ਉਹ ਕਹਿੰਦੇ ਵੀ ਜਿਹੜੇ ਜਿਹੜੇ ਹੁਣ ਉੱਥੇ ਇਲੈਕਸ਼ਨ ਆ ਗਈਆਂ ਆਪਾਂ ਇਹ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਜੀ ਸਿੱਕੀ ਦੀ ਗੱਲ ਉਹ ਕਹਿੰਦੇ ਹੁਣ ਇਲੈਕਸ਼ਨ ਆ ਗਈਆਂ ਨੇ ਇਲੈਕਸ਼ਨਾਂ ਦੇ ਵਿੱਚ ਘੱਟੋ ਘੱਟ ਤੁਸੀਂ ਜਿਹੜੇ ਕੈਂਡੀਡੇਟ ਸੌਣਗੇ ਤੁਹਾਡੇ ਕੋਲ ਪਾਰਟੀਆਂ ਵਾਲੇ ਆਉਣਗੇ ਸੋ ਉਹਨਾਂ ਨੂੰ ਕਹੋ ਵੀ ਸਾਡੇ ਬੰਦਾਂ ਨੂੰ ਕੱਢੋ ਹੂੰ ਹੂੰ ਸੌ ਦੂ ਸੌ ਸਿੱਖ ਪਰਿਵਾਰਾਂ ਹਿੰਦੂ ਪਰਿਵਾਰਾਂ ਨੂੰ ਕਿੰਨੀ ਵੱਡੀ ਗੱਲ ਹੈ ਕਿਹੜੀ ਗੱਲ ਹੈ ਉਹ ਘੁਵਾਏ ਜਾ ਸਕਦੀ ਜੀ ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫਿਰ ਸਭ ਮਿਹਰਬਾਨੀ ਜੀ ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਮਿਲਦੇ ਹਾਂ ਜੀ